ਇਹ ਤਾਂ ਰਾਹੁਲ ਗਾਂਧੀ, ਕੇਜਰੀਵਾਲ ਤੇ ਮੋਦੀ ਦੀ ਹਰੀ ਝੰਡੀ ਤੋਂ ਬਿਨਾਂ ਪਾਰਲੀਮੈਂਟ 'ਚ ਪੰਜਾਬ ਦਾ ਨਾਂ ਤੱਕ ਨਹੀਂ ਲੈ ਸਕਦੇ, ਤੂੰ ਇਹਨਾਂ ਨੂੰ ਭੇਜ ਕੇ ਆਪਾਂ ਕੀ ਕਰਨਾ? ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ, ਮੰਤਰੀ ਵੀ ਰਹੇ ਹੋ, ਤੁਸੀਂ ਕਿੰਨੀ ਗੱਲ ਕੀਤੀ ਹੈ ਪੰਜਾਬ ਦੀ ਕਿ ਭਾਜਪਾ ਨੇ ਨਹੀਂ ਗਠਬੰਧਨ ਕੀਤਾ, ਅਕਾਲੀ ਦਲ ਤਾਂ ਪਿੱਛੇ ਪਿੱਛੇ ਫਿਰਦਾ ਸੀ। ਆ ਬਿੱਟੂ ਸ਼ਿੱਟੂ ਸਾਰੇ ਵਾਕਆਊਟ ਕਰ ਗਏ, ਭਗਵੰਤ ਮਾਨ ਨਾਲ ਉਹਨਾਂ ਦੇ ਨਾਲ ਵਾਕਆਊਟ ਕਰਕੇ ਗਿਆ। ਅਸੀਂ ਵੀ ਦੋ ਸੀ, ਉਹ ਵੀ ਇੱਕ ਸੀ, ਸਾਡੇ ਨਾਲ ਖੜ ਸਕਦਾ ਸੀ। ਮੈਨੂੰ ਤਾਂ ਬਿਲਕੁਲ ਕਿਹਾ ਸੀ, ਮੈਂ ਤਾਂ ਦੋ ਦਿਨ ਪਹਿਲੇ ਕਹਿਤਾ ਸੀ ਜੇ ਤੁਸੀਂ ਇਹਨੂੰ ਪਾਸ ਕਰੋਗੇ ਤਾਂ ਬਿਲਕੁਲ ਅਸੀਂ ਇਸ ਸਰਕਾਰ ਦਾ ਹਿੱਸਾ ਮੈਂ ਤਾਂ ਨਹੀਂ ਰਵਾਂਗਾ। ਕਿਸਾਨ ਯੂਨੀਅਨ ਇਹ ਗੱਲ ਕਹਿੰਦੇ ਕਿ ਪਹਿਲਾਂ ਅਕਾਲੀ ਦਲ ਸਿਫਤ ਕਰਦਾ ਸੀ, ਉਹ ਸਾਡਾ ਪ੍ਰੈਸ਼ਰ ਬਣਿਆ ਤਾਂ ਬੀਬਾ ਨੇ ਇਸਤੀਫਾ ਦਿੱਤਾ। ਭਗਵੰਤ ਮਾਨ ਤਾਂ ਇਹ ਕਹਿੰਦੇ ਕਿ ਨਸ਼ਾ ਲਿਆਂਦਾ ਹੀ ਅਕਾਲੀ ਦਲ ਨੇ, ਆ ਤੁਹਾਡੇ ਭਾਈ ਸਾਹਿਬ ਵਿਕਰਮ ਜੀਠੀਆ ਦੀ ਦੇਣ ਹੈ ਨਸ਼ਾ। ਜੇ ਉਹਨੇ ਕੀਤਾ ਤਾਂ ਫਿਰ 7 ਸਾਲ 2.5 ਸਾਲ ਇਹਦੀ ਸਰਕਾਰ ਦੀ ਹੋ ਗਈ, 5 ਸਾਲ ਪਹਿਲੇ ਇਹਦੀ ਭਾਈਵਾਲੀ ਦੀ ਸਰਕਾਰ ਸੀਗੀ। ਫੜ ਕੇ ਬੰਦ ਕਰਨਾ ਸੀ ਤਾਂ ਨਸ਼ੇ ਬੰਦ ਕਰ ਦੇ। ਕਿਆ ਜਿਹੜਾ ਮੁੱਖ ਮੰਤਰੀ ਖਾਣ ਪੀਣ ਦਾ ਆਦੀ ਹੈ ਤਾਂ ਫਿਰ ਇਹਨੇ ਬੱਚਿਆਂ ਨੂੰ ਕੀ ਛੁਡਾਉਣਾ ਇਸ ਕੰਮ ਤੋਂ, ਕੀ ਵਧਾਉਣਾ? ਬੇਅਦਬੀ ਅਤੇ ਲਗਾਤਾਰ ਅਕਾਲੀਆਂ ਨਾਲ ਸਵਾਲ ਜੁੜਦਾ ਕਿਉਂਕਿ ਤੁਹਾਡੇ ਰਾਜ 'ਚ ਹੋਈ ਹੈ। ਇਹ ਦੂਜੀਆਂ ਸਰਕਾਰਾਂ ਹਮੇਸ਼ਾ ਹੀ ਕਹਿੰਦੀਆਂ ਨਹੀਂ ਦੇਖੋ ਤੁਸੀਂ ਕਰਵਾਈ ਹੈ, ਅਕਾਲੀ ਦਲ ਦੇ ਰਾਜ 'ਚ ਹੋਈ ਹੈ, ਸਾਰਾ ਇਹਨਾਂ ਦੇ ਕਹਿਣ 'ਤੇ ਹੋਈ ਹੈ। ਤੁਸੀਂ ਇਹਨਾਂ ਨੂੰ ਪੁੱਛੋ ਕਿ 7.5 ਸਾਲਾਂ 'ਚ ਕਿਹੜੇ ਬੇਅਦਬੀ ਦੇ ਦੋਸ਼ੀ ਨੂੰ ਫੜਿਆ, ਕਿਹਨੂੰ ਸਜ਼ਾ ਦਿਲਵਾਈ ਹੈ ਅਤੇ ਕਿਉਂ ਨਹੀਂ ਦਿਲਵਾਈ? ਕਾਂਗਰਸ ਇੰਨੀ ਵੱਡੀ ਸਾਰੀ ਪਾਰਟੀ, ਉਹਨਾਂ ਦੇ ਪ੍ਰਧਾਨ ਨੇ ਇੱਥੇ ਆਪਦੇ ਪੋਸਟਰ ਵੀ ਲਾ ਤੇ, ਉਹਦਾ ਪਰਿਵਾਰ ਘਰ ਘਰ ਜੁੱਤੀਆਂ ਘਿਸ ਰਿਹਾ ਸੀ ਵੋਟਾਂ ਮੰਗਦੇ ਹੋਏ, ਅਤੇ ਰਾਤੋ ਰਾਤ ਕੀ ਸਮਝੌਤਾ ਹੋਇਆ ਕਿ ਉਹਦੀ ਟਿਕਟ ਇੱਥੋਂ ਕੱਟ ਕੇ ਉਹ ਭੱਜ ਗਿਆ? ਉਹ ਤਾਂ ਕਹਿੰਦੇ ਤੁਹਾਡੇ ਨਾਲ ਸਮਝੌਤਾ ਹੋਇਆ ਰਾਜੇ ਵੜਿੰਗ ਸਾਹਿਬ। ਦੂਜੇ ਪ੍ਰਚਾਰ ਇਹ ਕਹਿ ਰਹੇ ਆ ਕਿ ਵੋਟ ਅਕਾਲੀ ਦਲ ਨੂੰ ਜਿੰਨੀ ਮਰਜ਼ੀ ਪਾ ਲਓ, ਜਾਣੀ ਤਾਂ ਬੀਜੇਪੀ ਦੇ ਖਾਤੇ ਹੈ, ਕਹਿੰਦੇ ਪਾਉਣੀ ਤਾਂ ਜਾ ਕੇ ਇਹਨਾਂ ਨੇ NDU ਨੂੰ ਵੋਟ। ਵੋਟਾਂ ਤੋਂ ਬਾਅਦ ਜਿਹੜੀ ਭਾਜਪਾ ਇਹ ਮਹਾਰਾਸ਼ਟਰ 'ਚ ਵੱਡੀ ਵੱਡੀ ਸਰਕਾਰਾਂ ਨੂੰ ਖਰੀਦ ਕੇ ਗਿਰਾ ਸਕਦੀ, ਉਹਨਾਂ ਦੇ MPs ਨੂੰ, MLAs ਨੂੰ 50-50 ਕਰੋੜ ਸੇ, ਇਹਨਾਂ ਦੇ ਤਾਂ 50 ਬੰਦੇ 50 ਕਰੋੜ 'ਚ ਸਾਰੀ ਖਰੀਦੇ ਜਾਣਗੇ। ਸੋ ਮੈਨੂੰ ਤਾਂ ਲੱਗਦਾ ਜਾਂ ਤਾਂ ਇਹਨੂੰ ਸਰਕਾਰ ਬਦਲ ਦੋਗੀ, BJP ਗਿਰਾ ਦੋਗੀ, ਜਾਂ ਇਹਨੂੰ ਇਹਦੇ ਗਲ 'ਚ ਅੰਗੂਠਾ ਪਾ ਕੇ ਆਪਣਾ ਏਜੰਡਾ ਇਹਦੇ ਰਾਹੀਂ ਅੱਗੇ ਲੈ ਕੇ ਜਾਓ। ਜਿਹੜਾ ਸੁੱਖ ਵਿਲਾਸ ਹੈ ਉਹ ਹੁਣ ਉੱਥੇ ਮੈਂ ਕਹਿੰਦੇ ਢਾਉਣਾ ਨਹੀਂ, ਪਹਿਲਾਂ ਤਾਂ ਢਾਉਣ ਦਾ ਇਰਾਦਾ ਸੀ, ਹੁਣ ਉੱਥੇ ਸਕੂਲ ਬਣਾਉਣਾ ਅਤੇ ਪੰਜਾਬ ਦਾ ਪਹਿਲਾ, ਪੰਜਾਬ ਦਾ ਹੋਵੇਗਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਨਾਲ ਹੋਵੇਗਾ ਪੂਰਾ। ਸਕੂਲ ਅਤੇ ਹਸਪਤਾਲ ਮੰਤਰੀ ਸਮੇਤ ਜੇਲ੍ਹ 'ਚ ਬੈਠੇ ਨੇ, ਅਤੇ ਬੇਸ਼ਰਮੀ ਦੀ ਹੱਦ, ਕਹਿੰਦਾ ਮੈਂ ਅਜੇ ਵੀ ਕੁਰਸੀ ਨਹੀਂ ਛੱਡਾਂਗਾ, ਮੈਂ ਜੇਲ੍ਹ 'ਚੋਂ ਚਲਾਵਾਂਗਾ ਸਰਕਾਰ। ਤੁਸੀਂ ਕਹਿ ਰਹੇ ਹੋ ਇਵੇਂ ਤੁਸੀਂ ਲੈ ਕੇ ਆਏ, BJP ਆਪਦੀ ਬੂਸਟਰ ਲਾਈ ਬੈਠੀ ਹੈ ਕਿ ਇਵੇਂ ਸਾਡੀ ਸਰਕਾਰ ਲੈ ਕੇ ਆਈ ਹੈ, ਤਾਂ ਉਹਨਾਂ ਦੀ ਸਰਕਾਰ ਜੇ ਲੈ ਕੇ ਆਈ ਹੈ ਤਾਂ ਫਿਰ ਇਹ ਵੀ ਦੱਸਦੇ ਕਿ ਉਹਨਾਂ ਦੀ ਸਰਕਾਰ ਦਾ ਕਿਹੜਾ ਬੰਦਾ ਕਿੰਨੀ ਵਾਰੀ ਏਮਸ ਗਿਆ, ਅਤੇ ਉਹ ਜਾ ਕੇ ਏਮਸ ਦੇ ਅੱਜ 300 ਕਰੋੜ ਜਿਹੜੇ ਰੋਕੀ ਬੈਠੇ ਨੇ ਉਹੀ ਦਿਲਵਾ ਦੇਣ ਤਾਂ ਮੰਨ ਜਾਂਗੇ ਕਿ ਉਹਨਾਂ ਦੀ ਦੇਣ ਹੈ? ਅਤੇ ਪਹਿਲੀ ਗੱਲ, ਏਮਸ ਬਣਦਾ ਕਿਵੇਂ ਜੇ ਜ਼ਮੀਨ ਨਹੀਂ ਹੁੰਦੀ? ਵੋਟਾਂ ਦਾ ਮਾਹੌਲ, ਮੌਸਮ ਹੈਗਾ, ਇਹ ਸਿਆਸੀ ਭਵਰੇ ਉੱਡਦੇ ਨੇ, ਹਲਕਾ ਬਦਲ ਲਓ, ਦਲ ਬਦਲੋ, ਸਾਰੇ ਦਲ ਬਦਲੂ ਆਏ ਨੇ ਤਕਰੀਬਨ ਹਰਾਨਾ ਹੈ। ਇੰਟਰਸਟਿੰਗ ਗੱਲ ਇਹ ਹੈ ਜੀ ਵੀ ਹੈ ਸਾਰੇ ਤੁਹਾਡੇ ਚੋਂ ਹੀ ਹੈ, ਕਿਸੇ ਨਾ ਕਿਸੇ ਬੈਕਗ੍ਰਾਉਂਡ ਤੁਹਾਡੇ ਨਾਲ ਜੁੜਦੀ ਹੈ, ਅਕਾਲੀ ਦਲ ਨਾਲ ਜੁੜਦੀ ਹੈ। ਹਾਂ, ਕੁਟੀਆ ਸਾਹਿਬ ਦੇ ਫਾਦਰ ਵੀ MP ਅਕਾਲੀ ਦਲ ਤੋਂ ਹੀ ਸੀਗੇ। ਬਠਿੰਡੇ ਆਇਆ, ਬੰਦੇ ਨੂੰ ਇੰਨੀ ਅਕਲ ਨਹੀਂ ਪਤਾ ਕੀ ਖਾ ਪੀ ਕੇ ਆਇਆ ਸੀ ਕਿ ਪਾਣੀ ਪੀਂਦਾ ਹੈ, ਅਤੇ ਉਹ ਜੂਠਾ ਪਾਣੀ ਦਸਤਾਰ ਦੇ ਉੱਤੇ ਕਿਸੇ ਸਰਦਾਰ ਨੂੰ ਤੁਸੀਂ ਦੇਖਿਆ ਹੈ ਕਿ ਪੀ ਕੇ ਇਹਨੂੰ ਆਈ ਨਹੀਂ, ਹੋਸ਼ ਹੀ ਨਹੀਂ ਸੀ ਦਸਤਾਰ ਸਿਰ ਦੇ ਉੱਤੇ ਹੈ ਕਿ ਨਹੀਂ ਹੈ? ਆਮ ਆਦਮੀਆਂ ਦੀ ਤਰ੍ਹਾਂ ਤੁਹਾਡੇ ਨੇੜੇ ਰਵਾਂਗਾ, ਅਤੇ ਆਮ ਆਦਮੀ ਦੇ ਕੋਲ ਤਾਂ ਨੇੜੇ ਨਹੀਂ ਲੱਗਦਾ। ਮਰੀ ਹੋਈ ਮੁਰਗੀ, ਮਰੀ ਹੋਈ ਬੱਕਰੀ ਦਾ ਮੁਆਵਜ਼ਾ, ਆਹ ਲੋਕਾਂ ਦੇ ਪਸ਼ੂ ਡੰਗਰ ਮਰ ਗਏ, ਹੜ੍ਹਾਂ 'ਚ ਪੰਜਾਬ ਡੁੱਬ ਗਿਆ ਅਤੇ ਗਰਬੇ ਨਾਚ ਰਿਹਾ ਸੀ। ਤੁਹਾਡੇ ਪੋਸਟਰਾਂ ਦੇ ਉੱਤੇ ਲਿਖਿਆ ਹੋਇਆ ਨਿਮਾਣੀ ਸੇਵਾਦਾਰ, ਲੋਕ ਇਹ ਚਰਚਾ ਕਰ ਰਹੇ ਕਿ ਸੇਵਾਦਾਰ ਹੀ ਜਦੋਂ ਕਹਿਤਾ ਫਿਰ ਨਿਮਾਣੀ ਦਾ ਕੀ ਕਾਰਨ? ਲੋਕਾਂ ਦੇ ਨੇੜੇ ਨਹੀਂ ਚੜ੍ਹਦਾ ਅਤੇ ਆਉਂਦਾ ਵੀ ਹੈ ਤਾਂ ਉਹ ਟਰੱਕ ਦੇ ਉਹ ਉੱਥੇ ਚੜ੍ਹ ਕੇ, ਤਾਂ ਕਿ ਕੋਈ ਨੇੜੇ ਤੇੜੇ, ਇੰਨੀ ਪੁਲਿਸ ਦੀ ਫੌਜ ਬਠਿੰਡੇ ਆਇਆ ਸੀ, ਮੈਨੂੰ ਲੱਗਦਾ ਹੈ ਇੰਨੀ ਫੌਜ ਇੱਥੇ, ਇੰਨੀ ਫੌਜ 4 ਜ਼ਿਲ੍ਹਿਆਂ ਦੀ ਪੁਲਿਸ ਤਾਂ ਆਸ ਪਾਸ ਸੀ, ਅਤੇ ਬਸ ਕਹਿੰਦਾ ਤੁਸੀਂ ਮੇਰੇ ਉੱਤੇ ਫੁੱਲ ਸਿੱਟ ਲਿਓ, ਤਾਂ ਫੁੱਲ ਸਿੱਟਣ ਵਾਲਾ ਇੱਕ ਵੀ ਉੱਥੇ ਨਹੀਂ ਸੀ, ਕਾਲੀ ਝੰਡੀਆਂ ਦਿਖਾ ਕੇ ਲੋਕਾਂ ਨੇ ਮੁਰਦਾਬਾਦੀ ਕੀਤੀ।
ਕਿਸੇ ਵਿਆਹ ਦੀ ਲਾਟਾਂ ਫਲਾਂ ਟਿਮਕਾਂ ਕਿੰਨੀਆਂ, ਹੁਣ ਉਹ ਕਰਨਾ ਕਿੱਥੇ ਗਈਆਂ? ਉਹ VIP ਕਲਚਰ, ਨਾ ਮਕਾਨ ਚਾਹੀਦਾ ਹੈ, ਨਾ ਗੱਡੀ ਚਾਹੀਦੀ ਹੈ, ਨਾ ਸਿਕਿਉਰਿਟੀ ਚਾਹੀਦੀ ਹੈ। ਪੱਥਰਾਂ 'ਚ ਉਹਨਾਂ ਦੇ ਨਾਂ ਲਿਖਾ, ਕੋਈ VIP ਕੋਈ ਬੈਨਰ ਪੋਸਟਰ, ਹਰ ਖੰਭੇ 'ਚ ਤਾਂ ਬੈਨਰ ਪੋਸਟਰ ਲਾਏ ਰੱਖਿਆ, ਹਰ ਚੀਜ਼ ਦੇ ਉੱਤੇ। ਜਿਹੜਾ ਕਹਿੰਦਾ ਸੀ ਬਰਤਨਾਂ ਉੱਤੇ ਬਾਦਲ ਸਾਹਿਬ ਦੇ ਤਾਂ ਨਾਂ ਸੀਗੇ ਨਹੀਂ, ਹੁਣ ਇਹਦੇ 'ਤੇ ਆਟੇ ਦੀ ਥੈਲੀ ਦੇ ਉੱਤੇ ਵੀ। ਲੋਕਵਾਈ TV ਨਾਲ ਜੁੜੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਪੰਜਾਬ ਦੇ ਮਾਲਵਾ ਦੀ ਸਭ ਤੋਂ ਹੌਟ ਸੀਟ ਜਾਂ ਸਭ ਤੋਂ ਮਹੱਤਵਪੂਰਨ ਸੀਟ ਕਹਿ ਲਈਏ ਬਠਿੰਡਾ ਹੈ, ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਅਤੇ ਮੌਜੂਦਾ MP ਵੀ ਨੇ। ਲਗਾਤਾਰ ਸੀਟ ਇਹ ਬਾਦਲਾਂ ਦੇ ਹੱਥ 'ਚ ਰਹੀ ਹੈ। ਇਸ ਵਾਰ ਕੀ ਮਾਹੌਲ ਹੈ, ਗੱਲਬਾਤ ਕਰਾਂਗੇ ਸਾਡੇ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਗਜ਼ ਭਰ ਕੇ ਆਏ ਹੋ ਪਹਿਲਾਂ ਤਾਂ ਵਧਾਈਆਂ, ਅਤੇ ਕਿਹੋ ਜਿਹਾ ਮਾਹੌਲ? ਮਾਹੌਲ ਤਾਂ ਬਹੁਤ ਸੋਹਣਾ ਹੈ ਜੀ, ਲੋਕਾਂ 'ਚ ਬਹੁਤ ਉਤਸ਼ਾਹ ਹੈ, ਵਰਕਰਾਂ 'ਚ ਬਹੁਤ ਜੋਸ਼ ਹੈ, ਕਿਉਂਕਿ ਇਲੈਕਸ਼ਨ ਤੋਂ ਵਰਕਰ ਹੀ ਲੜਦੇ ਨੇ। ਅਤੇ ਇਸ ਵਾਰੀ ਜਿਹੜੀ ਮੈਂ ਦੇਖ ਰਹੀ ਹਾਂ ਕਿ ਜੇ ਕਦੇ ਉਹਨਾਂ ਨੇ ਵਰਕਰਾਂ ਨੂੰ ਕਹਿ ਕੇ ਕੰਮ ਕਰਵਾਉਣਾ, ਉਹ ਆਪ ਹੀ ਭੱਜ ਭੱਜ ਕੇ ਡੋਰ ਟੂ ਡੋਰ ਕੱਢੀ ਜਾ ਰਹੇ ਨੇ, ਉਹਨਾਂ 'ਚ ਜੋਸ਼ ਬਹੁਤ ਹੀ ਆਪਣੇ ਆਪ ਹੀ ਦੇਖਣ ਨੂੰ ਮਿਲ ਰਿਹਾ। ਸੋ ਜਿੱਥੇ ਵਰਕਰਾਂ 'ਚ ਜੋਸ਼ ਹੈ, ਲੋਕਾਂ 'ਚ ਉਤਸ਼ਾਹ ਹੈ, ਕਿਉਂਕਿ ਖਾਸ ਤੌਰ 'ਤੇ ਗਰੀਬ, ਹਰੇਕ ਹੀ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ, ਲੇਕਿਨ ਗਰੀਬਾਂ 'ਚ ਤਾਂ ਗੁੱਸਾ ਹੈਗਾ। ਸੋ ਹੋਣਾ ਵੀ ਚਾਹੀਦਾ, ਝੂਠੇ ਲਾਰੇ 7 ਸਾਲਾਂ ਤੋਂ ਸੁਣ ਰਹੇ ਨੇ, ਪਹਿਲੇ ਇੱਕ ਪਾਰਟੀ ਝੂਠ ਮਾਰ ਕੇ 5 ਸਾਲ ਤੋਂ ਉਹਨਾਂ ਨੇ ਬਰਦਾਸ਼ਤ ਕਰਤੇ, ਫਿਰ ਇਹਨੇ ਤਾਂ ਇੰਨੇ ਝਾੜੂ ਨੇ ਤਾਂ, ਜਿਹਨੇ ਬੰਦੇ ਨੇ ਸਾਰੀ ਉਮਰ ਗੱਲਾਂ ਮਾਰ ਕੇ ਆਪਦਾ ਢਿੱਡ ਭਰਿਆ, ਫਿਰ ਇਹੋ ਜਿਹੀ ਗੱਲਾਂ ਦਾ ਕੜਾਹ ਬਣਾਇਆ ਕਿ ਉਹ ਲੋਕਾਂ ਨੂੰ ਤਾਂ ਅਸਮਾਨ 'ਚ ਚੜਾਤਾ ਸੀ, ਹੁਣ ਅਸਮਾਨ 'ਚ ਚੜ ਕੇ ਜਦ ਠਾ ਥੱਲੇ ਪਹੁੰਚੇ ਨੇ ਤਾਂ ਗੁੱਸਾ ਤਾਂ ਹੋਣਾ ਹੀ ਹੈ। ਸੋ ਲੋਕਾਂ ਦੇ ਵਿੱਚ ਗੁੱਸਾ, ਵਰਕਰਾਂ ਦੇ ਵਿੱਚ ਉਤਸ਼ਾਹ, ਮੈਨੂੰ ਤਾਂ ਮਾਹੌਲ ਵਧੀਆ ਲੱਗ ਰਿਹਾ, ਅੱਗੇ ਮਾਲਕ ਕਿਰਪਾ ਰੱਖਣ ਜੀ। ਭਗਵੰਤ ਮਾਨ ਬੀਤੇ ਦਿਨ ਬਠਿੰਡੇ ਰੋਡ ਸ਼ੋਅ ਕਰਨ ਆਏ ਆ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੋਨੇ ਬਾਦਲ ਤਾਂ ਪਹਿਲਾਂ ਤੁਸੀਂ ਹਰਾ ਤੇ, ਤੀਜੇ ਬਾਦਲ ਰਹਿ ਗਿਆ, ਇਹ ਲਾਂਭਾ ਦਿੰਦੇ ਆ ਘਰੇ ਜਾ ਕੇ, ਮਤਲਬ ਇੱਕ ਦੂਜੇ ਨੂੰ ਛੇੜਦੇ ਹੈਗੇ ਵੀ ਮੈਂ ਹੀ ਰਹਿ ਗਈ, ਤੁਸੀਂ ਤਾਂ ਹਰ ਗਿਆ, ਕਿ ਇਹਨਾਂ ਦਾ ਵੀ ਕੰਮ ਨਿਬੇੜ ਦਿਓ, ਲਾਂਭੇ ਵਾਲਾ ਕੰਮ ਵੀ ਖਤਮ ਹੋ ਜੇ, ਉਹਨਾਂ ਦੇ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ? ਉਹਦੇ ਗੱਲਾਂ ਤੋਂ ਇਲਾਵਾ, ਜਿਵੇਂ ਮੈਂ ਕਿਹਾ, ਚੁਟਕਲਿਆਂ ਤੋਂ ਇਲਾਵਾ ਉਹਨੂੰ ਆਉਂਦਾ ਕੀ ਹੈ? ਉਹੀ ਭਗਵੰਤ ਮਾਨ ਹੈ ਜਿਹੜਾ ਬਾਦਲ ਸਾਹਿਬ ਦੇ ਖਿਲਾਫ਼ ਜਦ ਇੱਥੇ ਆ ਕੇ ਲੜਿਆ ਸੀ ਅਤੇ ਲੋਕਾਂ ਨੂੰ ਕਿਹਾ ਸੀ ਜੁੱਤੀ ਸਿੱਟੋ, ਤਾਂ ਬਾਦਲ ਸਾਹਿਬ ਵਰਗੇ ਦੇ ਉੱਤੇ ਜੁੱਤੀ ਸਿੱਟਵਾਈ ਸੀ। ਅਤੇ ਇਹ ਬਠਿੰਡੇ ਆਇਆ, ਬੰਦੇ ਨੂੰ ਇੰਨੀ ਅਕਲ ਨਹੀਂ ਪਤਾ ਕੀ ਖਾ ਪੀ ਕੇ ਆਇਆ ਸੀ ਕਿ ਪਾਣੀ ਪੀਂਦਾ ਹੈ, ਅਤੇ ਉਹ ਜੂਠਾ ਪਾਣੀ ਦਸਤਾਰ ਦੇ ਉੱਤੇ, ਕਿਸੇ ਸਰਦਾਰ ਨੂੰ ਤੁਸੀਂ ਦੇਖਿਆ ਹੈ ਕਿ ਪੀ ਕੇ? ਇਹਨੂੰ ਆਈ ਨਹੀਂ, ਹੋਸ਼ ਹੀ ਨਹੀਂ ਸੀ ਦਸਤਾਰ ਸਿਰ ਦੇ ਉੱਤੇ ਹੈ ਕਿ ਨਹੀਂ ਹੈ। ਸੋ ਇਹ ਬੰਦਾ ਕੀ ਬੋਲਦਾ ਹੈ, ਕੀ ਨਹੀਂ ਬੋਲਦਾ ਹੈਗਾ, ਮੈਨੂੰ ਅੱਜ ਮਾਵਾਂ ਆ ਕੇ ਜਦ ਰੋਂਦੀਆਂ ਨੇ ਕਿ ਨਸ਼ੇ ਨਾਲ ਕਿੰਨੀ ਦੁਖੀਆਂ ਪਰਿਵਾਰ ਦੇ, ਇੱਕ ਇੱਕ ਨਹੀਂ, ਦੋ ਦੋ ਨਹੀਂ, ਤਿੰਨ ਤਿੰਨ ਜੀ ਮਰ ਗਏ ਨੇ। ਸੋ ਮੈਂ ਨਸ਼ਾ ਤੋਂ, ਮੈਂ ਕਿਹਾ ਜਿਹੜਾ ਬੰਦਾ ਸਾਡਾ ਖੁਦ ਸੂਬੇ ਦਾ ਮੁਖੀ ਜਿਹੜਾ ਕੰਮ ਕਰਦਾ ਹੈ, ਉਹਨੇ ਬੱਚਿਆਂ ਨੂੰ ਕੀ ਕਿਹੜੇ ਪਾਸੇ ਲਾਉਣਾ ਹੈ? ਇਹ ਤਾਂ ਕਲੀਅਰ ਹੀ ਹੈਗਾ ਨਾ, ਤਾਂ ਹੀ ਤਾਂ ਜਿੱਥੇ ਤਾਈਂ ਪਹੁੰਚੇ ਨੇ, ਪਹੁੰਚਿਆ ਦੋ ਦੋ ਨਹੀਂ ਤਿੰਨ ਤਿੰਨ ਬਾਅਦ, ਦੁਖੀ ਨੇ ਲੋਕ ਨਸ਼ਿਆਂ ਦੇ ਨਾਲ, ਤੁਹਾਨੂੰ ਪਤਾ ਵੀ ਨਹੀਂ ਮਾਵਾਂ ਦੇ ਉੱਤੇ ਕੀ ਬੀਤ ਰਹੀ ਹੈ। ਰੋਂਦੀਆਂ ਨੇ ਮੇਰੇ ਕੋਲ ਆ ਕੇ ਕਿ ਕੋਈ ਸੁਣਵਾਈ ਤੱਕ ਨਹੀਂ, ਜੇ ਜਾ ਕੇ ਦੱਸਣ ਵੀ ਕੋਈ ਹੱਥ ਨਹੀਂ ਲਾਉਂਦਾ, ਘੰਟੇ ਬਾਅਦ ਛੱਡ ਦਿੰਦੇ ਨੇ, ਤਾਂ ਅੱਜ ਇਹ ਗਲੇ ਨਹੀਂ, ਪਹਿਲੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ, ਤਾਂ ਸਿਵਿਆਂ ਦੀ ਲਾਟਾਂ ਫਲਾਂ ਟਿਮਕਾਂ ਕਿੰਨੀਆਂ, ਹੁਣ ਉਹ ਗੱਲਾਂ ਕਿੱਥੇ ਗਈਆਂ? ਉਹ VIP ਕਲਚਰ, ਨਾ ਮਕਾਨ ਚਾਹੀਦਾ ਹੈ, ਨਾ ਗੱਡੀ ਚਾਹੀਦੀ ਹੈ, ਨਾ ਸਿਕਿਉਰਿਟੀ ਚਾਹੀਦੀ ਹੈ, ਪੱਥਰਾਂ 'ਚ ਉਹਨਾਂ ਦੇ ਨਾਂ ਲਿਖਾ, ਕੋਈ VIP ਕੋਈ ਬੈਨਰ ਪੋਸਟਰ, ਹਰ ਖੰਭੇ 'ਚ ਤਾਂ ਬੈਨਰ ਪੋਸਟਰ ਲਾਏ ਰੱਖਿਆ, ਹਰ ਚੀਜ਼ ਦੇ ਉੱਤੇ। ਜਿਹੜਾ ਕਹਿੰਦਾ ਸੀ ਬਰਤਨਾਂ ਉੱਤੇ ਬਾਦਲ ਸਾਹਿਬ ਦੇ ਤਾਂ ਨਾਂ ਸੀਗੇ ਨਹੀਂ, ਹੁਣ ਇਹਦੇ 'ਤੇ ਆਟੇ ਦੀ ਥੈਲੀ ਦੇ ਉੱਤੇ ਵੀ, ਲੋਕਾਂ ਦਾ ਰਾਸ਼ਨ ਨਹੀਂ ਆ ਰਿਹਾ ਕਿਉਂਕਿ ਇਹਦੀ ਫੋਟੋ ਨਹੀਂ ਛਪੀ ਸੀ। ਸੋ ਹਰ ਚੀਜ਼ 'ਚ ਝੂਠ। ਸੋ ਮੈਂ ਕਹਿੰਦੀ ਇਹ ਤਾਂ ਝੂਠ ਦੀ ਮੂਰਤੀ ਜੇ ਕਹਿ ਸਕੀਏ ਨਾ, ਉਹ ਭਗਵੰਤ ਮਾਨ ਇਤਿਹਾਸ ਵਿੱਚ ਜਾਣਿਆ ਜਾਊਗਾ ਕਿ ਜਿਹਨੇ ਪੰਜਾਬ ਨੂੰ ਡੁਬੋ ਛੱਡਿਆ। ਮੈਂ ਹੋਰ ਵੀ ਤੁਹਾਨੂੰ ਦੱਸਦੀ ਹਾਂ ਜੀ, ਇਹ ਬੰਦੇ ਨੇ ਜਦੋਂ ਤੋਂ ਸ਼ਰਾਬ ਦੇ ਘੁਟਾਲੇ 'ਚ ਕੇਜਰੀਵਾਲ ਅੰਦਰ ਗਿਆ, ਇਹਨੂੰ ਕਲੀਅਰ ਹੋ ਗਿਆ ਕਿ ਅਗਲਾ ਨੰਬਰ ਮੇਰਾ ਹੈਗਾ, ਕਿਉਂਕਿ ਜੇ ਇੱਕ ਮੁੱਖ ਮੰਤਰੀ ਨੂੰ ਸਿੱਟ ਸਕਦੇ ਨੇ, ਉਹੀ ਘੁਟਾਲਾ ਉਹਨਾਂ ਹੀ ਬੰਦਿਆਂ 'ਤੇ, ਉਹੀ ਕੁਛ ਤਾਂ ਪੰਜਾਬ 'ਚ ਹੀ ਕੀਤਾ, ਉਨਾ ਹੀ ਵੱਡਾ ਘੁਟਾਲਾ। ਜਦ ਇਹਨੂੰ ਇਹ ਪਤਾ ਲੱਗ ਗਿਆ, ਇਹਨੇ ਇੱਕਦਮ ਘੁਟਨੇ ਟੇਕ 'ਤੇ,
ਕੇਂਦਰ ਦੇ ਅੱਗੇ। ਤੁਸੀਂ ਦੇਖੋ ਪਹਿਲੇ ਉਹ ਲੈ ਕੇ ਆ ਉਹ ਤਿੰਨ ਕਾਲੇ ਕਾਨੂੰਨ ਜਿਹੜੇ 750 ਕਿਸਾਨਾਂ ਨੇ ਜਾਨਾਂ ਗਵਾ ਕੇ ਵਾਪਸ ਕਰਵਾਏ ਸੀ। ਉਹਦੇ ਵਿੱਚੋਂ ਜਿਹੜਾ ਇੱਕ ਸੀਗੀ ਪ੍ਰਾਈਵੇਟਾਈਜੇਸ਼ਨ ਮੰਡੀਆਂ ਦੀ ਨਹੀਂ ਹੋ ਗਈ, ਅਤੇ ਚੁੱਪ ਚੁੱਪੀ ਤਾਂ 15 ਮਾਰਚ ਨੂੰ ਜਿਵੇਂ ਇਹ ਲੈ ਕੇ ਆਇਆ ਕਿ 11 ਸਾਈਲੋਜ਼ ਪੂੰਜੀਪਤੀਆਂ ਦੇ ਉਹਨਾਂ ਨੂੰ ਕਣਕ ਦੀ ਖਰੀਦ ਸੈਂਟਰ ਬਣਾ ਦਿੱਤਾ, ਅਤੇ 9 ਜ਼ਿਲ੍ਹਿਆਂ ਦੀ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ, ਮੰਡੀਆਂ ਨੂੰ ਭੰਗ ਕਰਕੇ, ਇਹ ਜਿਹਦੇ ਵਿੱਚ ਅਡਾਨੀ ਉਡੂਨੀ ਸਾਰੇ ਸੀਗੇ। ਜਦ ਆਪਾਂ ਨੂੰ ਪਤਾ ਲੱਗਿਆ, ਆਪਾਂ ਇਹਦਾ ਰੌਲਾ ਪਾਇਆ, ਉਹਦੇ ਨਾਲ ਫਿਰ 3 ਹਫ਼ਤਿਆਂ ਬਾਅਦ ਉਹਨੇ ਉਸ ਆਰਡਰ ਨੂੰ ਵਾਪਸ ਲਿੱਤਾ। ਲੇਕਿਨ ਕਲੀਅਰ ਹੋ ਗਿਆ ਕਿ ਇਹਦਾ ਏਜੰਡਾ ਕੀ ਹੈਗੀ, ਇਹਦੀ ਮਨਸ਼ਾ ਕੀ ਹੈਗੀ। ਜਿਹੜੇ ਬੰਦਿਆਂ ਨੇ ਇੰਨੇ ਕਰੋੜਾਂ ਰੁਪਏ ਖਰਚ ਕੇ ਜ਼ਮੀਨਾਂ ਖਰੀਦੀਆਂ, ਕਰੋੜਾਂ ਰੁਪਏ ਲਗਾ ਕੇ ਸਾਈਲੋਜ਼ ਬਣਾਏ, ਉਹ ਇਹਦੀ ਮਿਲੀ ਭੁਗਤ ਤੋਂ ਬਿਨਾਂ ਤਾਂ ਬਣਾਏ ਨਹੀਂ ਹੈਗੇ ਨਾ ਜੀ। ਸੋ ਹੁਣ ਵਾਸਤੇ ਵਾਪਸ ਕਰਤਾ ਪਹਿਲੀ ਆ ਗੱਲ। ਦੂਜੀ ਇਸ ਤੋਂ ਵੀ ਖਤਰਨਾਕ ਗੱਲ ਜਿਹੜੀ ਸਾਹਮਣੇ ਆਈ ਹੈ, ਆ ਨਹਿਰੀ ਪਟਵਾਰੀ ਮੈਨੂੰ ਦੱਸ ਰਹੇ ਨੇ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿ ਜਿੱਥੇ ਪਾਣੀ ਘੱਟ ਹੈ ਉੱਥੇ ਪੂਰਾ ਵੱਧ ਦਿਖਾਇਆ ਜਾਏ। ਜਿੱਥੇ 25% ਨਹਿਰ 'ਚ ਪਾਣੀ ਹੈ ਉਹ ਕਹਿੰਦੇ 75% ਦਿਖਾਓ, ਜਿੱਥੇ 5% ਹੈ ਉੱਥੇ ਕਹਿੰਦੇ ਤੁਸੀਂ 70% ਦਿਖਾਓ। ਸੋ ਜਿਹੜਾ ਇਹਨਾਂ ਨੇ ਅਦਾਲਤਾਂ 'ਚ, ਜਿਹੜਾ ਤੁਸੀਂ ਆਪਾਂ ਅਖਬਾਰਾਂ 'ਚ ਪੜ੍ਹਿਆ ਸੀ ਕਿ ਜਿਹੜਾ ਪਾਣੀਆਂ ਵਾਸਤੇ ਕਾਂਗਰਸ BJP ਅਤੇ ਇਹ ਝਾੜੂ ਪਾਰਟੀ ਤਾਂ ਗਾਰੰਟੀ ਦਿੰਦੀ ਹੈ ਨਾ, ਕੇਜਰੀਵਾਲ ਕਹਿੰਦਾ ਦਿੱਲੀ ਨੂੰ ਚਾਹੀਦਾ ਅਤੇ ਹਰਿਆਣੇ ਨੂੰ ਗਾਰੰਟੀ ਦਿੱਤੀ ਕਿ ਬਣਾ ਦਿਓ ਸਰਕਾਰ, ਪੰਜਾਬ ਦਾ ਪਾਣੀ ਲੈ ਕੇ ਆਵਾਂਗੇ। ਅਤੇ ਭਗਵੰਤ ਮਾਨ ਨੇ ਜਿਵੇਂ ਕਿਹਾ ਅਦਾਲਤਾਂ 'ਚ ਕਿ ਤੁਸੀਂ ਚੈੱਕ ਕਰ ਲਓ ਪੰਜਾਬ ਦਾ ਪਾਣੀ, ਜਿਵੇਂ ਅਕਾਲੀ ਦਲ ਨੇ ਹਮੇਸ਼ਾ ਕਿਹਾ ਕਿ ਰਿਪੇਰੀਅਨ ਪ੍ਰਿੰਸੀਪਲ ਸਾਡਾ ਫੋਲੋ ਹੋਣਾ ਜੀ, ਇੱਥੇ ਸਾਡਾ ਹੱਕ ਹੈ ਪਾਣੀ ਦਾ, ਫਸਟ ਹੱਕ ਸਾਡਾ ਹੈ, ਉਹਦੇ ਬਾਅਦ ਅਸੀਂ ਦਈਏ ਨਾ ਦਈਏ ਸਾਡੀ ਮਰਜ਼ੀ ਹੈ। ਇਹਨੇ ਪੂਰਾ ਸਟੈਂਡ ਬਾਦਲ ਸਾਹਿਬ ਦਾ ਚੇਂਜ ਕਰਕੇ ਕਹਿਤਾ ਕਿ ਪਾਣੀ ਤੁਸੀਂ ਦੇਖ ਲਓ, ਜੇ ਵੱਧ ਹੈ ਤਾਂ ਫਿਰ ਤੁਸੀਂ ਫੈਸਲਾ ਕਰ ਲੈਣਾ। ਅਤੇ ਹੁਣ ਪਟਵਾਰੀਆਂ ਦੇ ਉੱਤੇ, ਨਹਿਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਪਾਣੀ ਵੱਧ ਦਿਖਾਇਆ ਜਾ ਰਿਹਾ। ਜਿਹੜਾ ਬੰਦਾ ਖੜ ਜਾਂਦਾ ਕਿ ਮੈਂ ਨਹੀਂ ਗਲਤ ਕਰਾਂ, ਉਹਨੂੰ ਸਸਪੈਂਡ ਕੀਤਾ ਜਾ ਰਿਹਾ, ਨਹਿਰੀ ਪਟਵਾਰੀਆਂ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰਤਾ ਹੈ। ਬਹੁਤ ਵੱਡਾ ਮੁੱਦਾ ਹੈ, ਮਤਲਬ ਕੇਂਦਰ ਦਾ ਏਜੰਡਾ ਚਲਾਉਣ ਵਾਸਤੇ ਮੈਨੂੰ ਲੱਗਦਾ ਇਹ ਵੋਟਾਂ ਤੋਂ ਬਾਅਦ ਜਿਹੜੀ ਭਾਜਪਾ ਇਹ ਮਹਾਰਾਸ਼ਟਰ 'ਚ ਵੱਡੀ ਵੱਡੀ ਸਰਕਾਰਾਂ ਨੂੰ ਖਰੀਦ ਕੇ ਗਿਰਾ ਸਕਦੀ, ਉਹਨਾਂ ਦੇ MPs ਨੂੰ, MLAs ਨੂੰ 50-50 ਕਰੋੜ ਸੇ, ਇਹਨਾਂ ਦੇ ਤਾਂ 50 ਬੰਦੇ 50 ਕਰੋੜ 'ਚ ਸਾਰੇ ਖਰੀਦੇ ਜਾਣਗੇ। ਸੋ ਮੈਨੂੰ ਤਾਂ ਲੱਗਦਾ ਜਾਂ ਤਾਂ ਇਹਨੂੰ ਸਰਕਾਰ ਬਦਲ ਦੇਊਗੀ, BJP ਗਿਰਾ ਦੇਊਗੀ, ਜਾਂ ਇਹਨੂੰ ਇਹਦੇ ਗੱਲ 'ਚ ਅੰਗੂਠਾ ਪਾ ਕੇ ਆਪਣਾ ਏਜੰਡਾ ਇਹਦੇ ਰਾਹੀਂ ਅੱਗੇ ਲੈ ਕੇ ਜਾਓਗੇ। ਤੁਸੀਂ ਕਹਿੰਦੇ ਹੋ ਕਿ ਇੱਧਰ ਸਰਕਾਰ ਗਿਰਜੂ, ਦੂਜੇ ਪ੍ਰਚਾਰ ਇਹ ਕਰ ਰਹੇ ਕਿ ਵੋਟ ਅਕਾਲੀ ਦਲ ਨੂੰ ਜਿੰਨੀ ਮਰਜ਼ੀ ਪਾ ਲਓ, ਜਾਣੀ ਤਾਂ BJP ਦੇ ਖਾਤੇ ਹੀ ਹੈ, ਕਹਿੰਦੇ ਪਾਉਣੀ ਤਾਂ ਜਾ ਕੇ ਇਹਨਾਂ ਨੇ NDU ਨੂੰ ਵੋਟ ਹੈ। ਕੌਣ ਕਹਿੰਦਾ? ਕਿਸੇ ਕਿਹਨੇ ਕਿਹਾ? ਜੇ NDU ਨੂੰ ਪਾਣੀ ਹੁੰਦੀ ਤਾਂ ਹੁਣ ਉਹਨਾਂ ਦੇ ਨਾਲ ਭਾਈਵਾਲ ਕਰਕੇ ਆਪਾਂ ਆਪਣੀ ਸੌਖੀ ਸੀਟਾਂ ਵੱਧ ਨਾ ਲੈ ਲੈਂਦੇ? ਜਿਹੜਾ ਗੱਠਜੋੜ ਇਹਨਾਂ ਦੀ ਤਰ੍ਹਾਂ ਦੇਖੋ, ਗਲਮ ਗਾਲੀ ਕਾਂਗਰਸ ਨੇ ਅਤੇ ਝਾੜੂ ਨੇ ਇੱਕ ਦੂਜੇ ਨੂੰ ਕੀਤਾ, ਹੁਣ ਸੀਟਾਂ ਦੇ ਖਾਤਰ ਪੂਰੇ ਦੇਸ਼ 'ਚ ਇਕੱਠੇ ਹੋ ਗਏ। ਜਿਨ੍ਹਾਂ ਨੇ ਕੇਜਰੀਵਾਲ ਦੇ ਖਿਲਾਫ਼ ਕੰਪਲੇਂਟ ਲਿਖਾਈ ਸੀ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਹੋਇਆ ਹੈਗਾ, ਇਹ ਕਾਂਗਰਸ ਨੇ ਲਿਖਵਾਈ ਸੀ ਨਾ, ਅੱਜ ਉਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਹੇ ਨੇ, ਕਿਉਂ? ਸੀਟਾਂ ਖਾਤਰ। ਸੋ ਜੇ ਅਕਾਲੀ ਦਲ ਨੇ ਜੇ ਸਮਝੌਤਾ ਕਰਨਾ ਹੁੰਦਾ, ਅਸੀਂ ਸਮਝੌਤਾ ਹੁਣ ਕਰਦੇ ਨਾ, ਜੇ ਸੀਟਾਂ ਵੱਧ ਆ ਜਾਣਗੀਆਂ ਸਾਡੀ ਬੁਕਤ ਪਊਗੀ। ਲੇਕਿਨ ਅਕਾਲੀ ਦਲ ਨੂੰ ਸੀਟ ਦੇ ਨਾਲ ਕੋਈ ਮਤਲਬ ਨਹੀਂ, ਨਾ ਹੀ ਕੁਰਸੀ ਦੇ ਨਾਲ ਕੋਈ ਲਾਲਚ ਹੈਗੀ, ਨਾ ਹੀ ਸਰਕਾਰ, ਅਸੀਂ ਸਿਧਾਂਤਾਂ 'ਚ ਖੜੇ ਹਾਂ, ਪੰਜਾਬ ਦੇ ਹੱਕਾਂ ਵਾਸਤੇ ਜਿਹਦੇ ਖਿਲਾਫ਼ ਲੜਨਾ ਡਟ ਕੇ ਲੜਦੇ ਰਹੇ ਹਾਂ ਤਾਂ ਲੜਦੇ ਰਵਾਂਗੇ। ਸੋ ਪਰ ਮੈਂ ਕਹਿੰਦੀ ਹਾਂ ਕਿ ਤਾਕਤ ਲੋਕ ਦਿੰਦੇ ਨੇ ਉਹ ਸ਼ਕਤੀ ਲੜਨ ਦੀ, ਜੇ ਤੁਸੀਂ ਇਹਨਾਂ ਦੇ ਝਾਂਸਿਆਂ 'ਚ ਆ ਕੇ 7 ਸਾਲ ਪੰਜਾਬ ਦਾ ਬੇੜਾ ਗਰਕ ਕਰਤਾ, ਕਰਜ਼ਾਈ ਕਰਤਾ, ਸਹੂਲਤਾਂ ਬੰਦ ਹੋ ਗਈਆਂ, ਵਿਕਾਸ ਸਾਰਾ ਠੱਪ ਹੋ ਗਿਆ, ਨਸ਼ੇ ਸਿਖਰਾਂ ਤਾਈਂ, ਪੜ੍ਹੇ ਲਿਖੇ ਬੱਚੇ ਬਾਹਰ ਵਿਦੇਸ਼ 'ਚ, ਜਿਹੜੇ ਇੱਥੇ ਬਚ ਗਏ ਉਹਨਾਂ ਨੂੰ ਨਸ਼ੇ ਦੀ ਆਦੀ ਕਰਕੇ ਇੰਡਸਟਰੀ ਸਾਡੀ ਬਾਹਰ ਭੱਜ ਕੇ ਜਾ ਰਹੀ ਹੈ, ਅਤੇ ਹੁਣ ਪਾਣੀ ਖੋਣ ਦੀ ਪੂਰੀ ਸਾਜ਼ਿਸ਼, ਇਹ ਤਾਂ ਸੈਂਟਰ ਦੇ ਥੱਲੇ ਘੁੱਟਣੇ ਟੇਕੀ ਬੈਠਿਆ ਹੈਗਾ, ਉਹ ਸੈਂਟਰ ਇਹਨੂੰ ਕੀ ਸਮਝਦੀ ਹੈ ਟਿੱਚ? ਜਿਹਦੇ ਕਰਕੇ ਅੱਜ ਖੇਤਰੀ ਪਾਰਟੀ ਨੂੰ ਆਪਾਂ ਮਜ਼ਬੂਤ ਕਰੀਏ। ਤੁਸੀਂ ਦੇਖੋ ਤਿੰਨੋਂ ਦਿੱਲੀ ਦੀ ਪਾਰਟੀਜ਼ ਦੇ ਮੈਨੀਫੈਸਟੋਜ਼ 'ਚ ਕਿ ਉਹਨਾਂ ਦੇ ਚੋਣ ਪੱਤਰ 'ਚ ਪੰਜਾਬ ਦਾ ਨਾਂ ਵੀ ਹੈਗਾ, ਅਤੇ ਪੰਜਾਬ ਦਾ ਚੋਣ ਮੈਨੀਫੈਸਟੋ ਦੇ ਸਿਰਫ ਪੰਜਾਬ ਦੇ ਇਸ਼ੂਜ਼ ਹੋਣਗੇ, ਕਿਉਂਕਿ ਤੁਹਾਡੀ ਖੇਤਰੀ ਪਾਰਟੀ ਤਾਂ ਹੀ ਸਾਰੇ ਦੇਸ਼ 'ਚ, ਸਾਊਥ 'ਤੇ ਤੁਸੀਂ ਦੇਖ ਲਓ, ਉੜੀਸਾ, ਬੰਗਾਲ,
ਤੇਲੰਗਾਨਾ, ਆਂਧਰਾ, ਤਮਿਲਨਾਡੂ ਸਭ ਆਪਦੇ ਰੀਜਨਲ ਪਾਰਟੀਜ਼ ਨੂੰ ਚੁਣ ਕੇ ਦਿੱਲੀ ਭੇਜਦੀਆਂ ਨੇ ਤਾਂ ਕਿ ਉਹ ਸਾਡੇ ਖੇਤਰ ਦੀ, ਸਾਡੇ ਸੂਬੇ ਦੀ ਹੱਕਾਂ ਦੀ ਰਾਖੀ ਕਰ ਸਕਣ, ਜਿਹੜੀ ਸੈਂਟਰਲ ਪਾਰਟੀਜ਼ ਨੂੰ ਕੋਈ ਪਰਵਾਹ ਨਹੀਂ ਹੈ, ਨਾ ਹੀ ਉਹਨਾਂ ਨੂੰ ਪਰਵਾਹ ਹੈ, ਨਾ ਹੀ ਉਹਨਾਂ ਨੂੰ ਪਤਾ ਹੈ। ਹੁਣ ਭਾਜਪਾ ਹੋਏ ਜਾਂ ਕਾਂਗਰਸ ਹੋਏ, ਉਹ ਤਾਂ ਸਾਡਾ ਪਾਣੀ ਹਰਿਆਣਾ, ਰਾਜਸਥਾਨ ਨੂੰ ਦੇਣਾ 'ਚ, ਕਿਉਂਕਿ ਵੱਧ ਸੀਟਾਂ ਉੱਥੇ ਹੈਗੀਆਂ, ਉਹਨਾਂ ਨੂੰ ਪੰਜਾਬ ਦੇ ਨਾਲ ਕੀ ਮਤਲਬ ਹੈਗਾ। ਬਿਲਕੁਲ, ਤੁਸੀਂ ਇਹ ਗੱਲ ਕਹਿੰਦੇ ਹੋ ਕਿ ਵੀ ਭਾਜਪਾ ਨਾਲ ਗੱਠਬੰਧਨ ਅਸੀਂ ਜੇ ਕਰਨਾ ਹੁੰਦਾ ਪਹਿਲਾਂ ਕਰਦੇ, ਪਰ ਇੱਕ ਚਰਚਾ ਇਹ ਹੈ ਜਿਹੜੀ ਵਿਰੋਧੀਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਕਿ ਭਾਜਪਾ ਨੇ ਨਹੀਂ ਗੱਠਬੰਧਨ ਕੀਤਾ, ਅਕਾਲੀ ਦਲ ਤਾਂ ਪਿੱਛੇ ਪਿੱਛੇ ਫਿਰਦਾ ਸੀ, ਇਹ 'ਚ ਕੀ ਸੱਚਾਈ ਹੈ? ਇਹ ਵਿਰੋਧੀਆਂ ਨੇ ਤਾਂ ਗੱਲਾਂ ਕਰੇ, ਮੈਂ ਤਾਂ ਪਹਿਲੇ ਤੁਹਾਨੂੰ ਦੱਸਦਾ, ਭਾਜਪਾ ਜੀ ਦੇ ਮੈਜੋਰਿਟੀ ਜੇ ਸਰਕਾਰ ਬਣ ਗਈ ਤਾਂ ਉਹ ਵੀ ਗਨੀਮਤ ਹੋਊਗੀ। ਸਾਰੇ ਹੁਣ ਜਿਹੜੇ ਆ ਰਹੇ ਨੇ ਐਗਜ਼ਿਟ ਪੋਲਸ ਜਿਹੜੇ ਨਿਕਲ ਕੇ ਆ ਰਹੇ ਨੇ, ਭਾਜਪਾ ਆਪਣੇ ਆਪ ਇਨ ਟ੍ਰਬਲ ਹੈਗੀ। ਇਹ ਪ੍ਰਧਾਨ ਮੰਤਰੀ ਜੀ ਨੂੰ ਜਿਹੜੀ ਹੁਣ ਮੰਗਲ ਸੂਤਰ ਅਤੇ ਹਿੰਦੂ ਮੁਸਲਮਾਨ 'ਚ ਸਾਰਾ ਕੁਝ ਕਹਿਣਾ ਪੈ ਰਿਹਾ, ਐਂ ਤਾਂ ਨਹੀਂ ਕਹਿਣਾ ਪੈ ਰਿਹਾ ਹੈਗਾ। ਪੋਲਰਾਈਜੇਸ਼ਨ ਦੀ ਪੋਲੀਟਿਕਸ ਕਿਉਂ ਹੋ ਰਹੀ ਹੈ? ਅਜੇ ਤਾਂ ਮੈਨੂੰ ਖਲਸ਼ਾ ਹੈਗਾ ਕਿ ਜਿਵੇਂ ਆਪਣੇ ਪੰਜਾਬ ਦੀ ਨੇੜੇ ਆ ਗਏ, ਇਹਨਾਂ ਦੀ ਡਰਟੀ ਟ੍ਰਿਕਸ ਡਿਪਾਰਟਮੈਂਟ ਪੰਜਾਬ 'ਚ ਵੀ ਹੋ ਗਈ ਆ, ਸਾਰਾ ਕੁਝ ਹੋਊਗਾ। ਇਹਨਾਂ ਸੈਂਟਰਲ ਪਾਰਟੀਜ਼ ਨੂੰ ਬਚਣਾ ਚਾਹੀਦਾ ਹੈਗਾ। ਇਹਨਾਂ ਨੂੰ ਸਿਰਫ ਸੀਟਾਂ ਦੇ ਨਾਲ, ਸਰਕਾਰਾਂ ਦੇ ਨਾਲ ਮਤਲਬ ਹੈ। ਇਹ ਸਮਝਦੇ ਨਹੀਂ ਕਿ ਇੱਕ ਸੂਬੇ ਦੀ ਅਮਨ ਸ਼ਾਂਤੀ, ਬਾਰਡਰ ਸਟੇਟ ਦੀ ਅਮਨ ਸ਼ਾਂਤੀ ਭੰਗ ਹੋ ਜਾਏ ਜਾਂ ਲੋ ਐਂਡ ਆਰਡਰ ਕੋਲੈਪਸ ਹੋ ਜਾਏ, ਉਹਦਾ ਦੇਸ਼ ਦੇ ਉੱਤੇ ਕੀ ਅਸਰ ਹੁੰਦਾ? ਨਾ ਇਹਨਾਂ ਨੂੰ ਪਰਵਾਹ ਹੈ। ਇੰਦਰਾ ਗਾਂਧੀ ਨੂੰ ਪਰਵਾਹ ਸੀਗੀ ਜਿਹਨੇ ਇਹਨਾਂ ਕੁਛ ਇਸ ਇਲਾਕੇ 'ਚ ਕਰਤਾ। ਹੁਣ 1 ਜੂਨ ਨੂੰ ਜਦ ਲੋਕ ਵੋਟ ਪਾਉਣਗੇ, ਉਹ 1 ਜੂਨ ਕਿਹੜੀ ਡੇਟ ਹੈ? 40 ਸਾਲ ਪਹਿਲੇ ਜਿਸ ਇੰਦਰਾ ਗਾਂਧੀ ਨੇ, ਪੰਜੇ ਦੀ ਸਰਕਾਰ ਨੇ ਫੌਜੀ ਹਮਲਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤਾ, ਸਾਡੇ ਸਰੋਵਰ ਸਾਹਿਬ ਨੂੰ ਲਹੂ ਲੁਹਾਨ ਕਰਤਾ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਜੇ ਵੀ ਗੋਲੀਆਂ ਦਰਜ ਨੇ, ਜਿਹੜਾ ਇਹਨਾਂ ਦੇ ਟੈਂਕਾਂ, ਤੋਪਾਂ, ਬੰਦੂਕਾਂ ਰਾਹੀਂ, ਇਹ 1 ਜੂਨ ਉਹ ਦਿਨ ਹੈ। ਅਤੇ ਉਸ ਦਿਨ 'ਚ ਜਿਹੜਾ ਕਾਂਗਰਸੀ ਹੁਣ ਵੋਟ ਪਾਉਂਦਾ ਹੈ, ਉਹਦੇ ਉੱਤੇ ਇੱਕ ਤਰੀਕੇ ਦੇ ਨਾਲ ਤੁਸੀਂ ਮੋਹਰ ਲਾ ਰਹੇ ਹੋ ਨਾ ਕਿ ਜਿਹੜਾ ਉਹ 40 ਸਾਲ ਪਹਿਲੇ ਹੋਇਆ, ਵਧੀਆ ਅਸੀਂ ਤੁਹਾਡੇ ਨਾਲ ਖੜੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਜਵਾਬ ਜ਼ਰੂਰ ਦੇਣਾ ਪਊਗਾ। ਸੋ ਇਹ ਜਿਹੜੀ ਸੈਂਟਰਲ ਪਾਰਟੀਜ਼ ਹੈਗੀਆਂ, ਇੱਕ ਉਹ ਸਾਰਾ ਕੁਛ ਪੰਜਾਬ 'ਚ ਕਰਕੇ ਇੰਦਰਾ ਗਾਂਧੀ ਦੇਸ਼ ਜਿੱਤੀ। ਇਹਨਾਂ ਸੈਂਟਰਲ ਪਾਰਟੀਜ਼ ਦਾ ਇਹ ਮਾਈਨੋਰਿਟੀ, ਅਜੇ ਮਨੀਪੁਰ 'ਚ ਕੀ ਹੋਇਆ ਮਾਈਨੋਰਿਟੀ ਦੇ ਨਾਲ, ਕਿ ਉਹ ਕ੍ਰਿਸਚਨ ਕਮਿਊਨਿਟੀ ਨੂੰ ਇਹਨਾਂ ਨੇ ਇੱਕ ਵਾਰੀ ਮਾਫ਼ੀ ਤੱਕ ਮੰਗੀ, ਪ੍ਰਧਾਨ ਮੰਤਰੀ ਮੂੰਹ ਤੱਕ ਨਹੀਂ ਖੋਲ੍ਹੇ ਉਹਦੇ ਬਾਰੇ। ਹੁਣ ਮੁਸਲਮਾਨਾਂ ਦੀ ਗੱਲ ਆ ਗਈ, ਤਾਂ ਸਿੱਖਾਂ ਦੇ ਉੱਤੇ ਤਾਂ ਕਿੰਨਾ ਸਮਾਂ ਲਾਉਣਾ ਹੈਗਾ? ਅੱਜ ਸਮਾਂ ਹੈ ਮਾਈਨੋਰਿਟੀ ਨੂੰ ਸਮਝਣਾ ਚਾਹੀਦਾ ਹੈ ਕਿ ਆਪਾਂ ਨੂੰ ਆਪਣੀ ਪਾਰਟੀ ਨੂੰ ਤਕੜਾ ਕਰੀਏ ਤਾਂ ਕਿ ਸਾਡੀ ਨੁਮਾਇੰਦਗੀ ਹੋਏ, ਸਾਡੀ ਰਾਖੀ ਕਰਨ ਵਾਸਤੇ, ਸਾਡੇ ਲੜਨ ਵਾਸਤੇ ਤਾਂ ਕੋਈ ਹੋਏ। ਇਹ ਤਾਂ ਰਾਹੁਲ ਗਾਂਧੀ, ਕੇਜਰੀਵਾਲ ਅਤੇ ਮੋਦੀ ਦੀ ਹਰੀ ਝੰਡੀ ਤੋਂ ਬਿਨਾਂ ਪਾਰਲੀਮੈਂਟ 'ਚ ਪੰਜਾਬ ਦਾ ਨਾਂ ਤੱਕ ਨਹੀਂ ਲੈ ਸਕਦੇ, ਤਾਂ ਇਹਨਾਂ ਨੂੰ ਭੇਜ ਕੇ ਆਪਾਂ ਕੀ ਕਰਨਾ? ਅਤੇ ਨਾ ਹੀ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣ ਰਹੀ, ਜਿਹੜੀ ਕਾਂਗਰਸ ਲੜੀ ਸਿਰਫ ਮੈਨੂੰ ਲੱਗਦਾ 250 ਸੀਟਾਂ ਜਾਂ 300 ਲੜ ਰਹੀ ਹੈ, ਅਤੇ ਉਹਦੀ ਸਰਕਾਰ ਕਿੱਥੋਂ ਬਣ ਜਾਣੀ ਹੈ? ਸੋ ਆਪਣੀ ਖੇਤਰੀ ਪਾਰਟੀ ਨੂੰ ਭੇਜ ਤਾਂ ਕਿ ਜਿਹੜੀ ਮਰਜ਼ੀ ਬਣੇ, ਉਸ ਹਕੂਮਤ ਦੇ ਸਾਹਮਣੇ ਤੁਹਾਡੇ ਹੱਕਾਂ ਦੀ ਰਾਖੀ ਵਾਸਤੇ ਕੋਈ ਲੜਨ ਜੋਗਾ ਤਾਂ ਹੋਏ, ਉਹਨਾਂ ਤਾਕਤ ਤਾਂ ਬਾਜ਼ੂਆਂ 'ਚ ਤੁਸੀਂ ਪਾਉਣਾ ਹੈ ਵੋਟਾਂ ਰਾਹੀਂ। ਤੁਸੀਂ ਕਹਿੰਦੇ ਹੋ ਕਿ ਖੇਤਰੀ ਪਾਰਟੀ ਪੰਜਾਬ ਦੀ ਗੱਲ ਕਰ ਸਕਦੀ ਹੈ, ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ, ਮੰਤਰੀ ਵੀ ਰਹੇ ਹੋ, ਤੁਸੀਂ ਕਿੰਨੀ ਗੱਲ ਕੀਤੀ ਹੈ ਪੰਜਾਬ ਦੀ? ਕਿਹੜੀ ਗੱਲ ਨਹੀਂ ਕੀਤੀ? ਪੰਜਾਬ ਨੂੰ ਮੇਰੇ ਛੱਡਣ ਤੋਂ ਬਾਅਦ ਪੰਜਾਬ ਦਾ ਜੇ ਬਜਟ 'ਚ ਇੱਕ ਨਾਂ ਵੀ ਆਇਆ ਹੋਏ, ਪੰਜਾਬ ਦਾ ਨਾਂ ਵੀ ਜੇ ਲਿੱਤਾ ਹੋਏ, ਆਪਣੇ ਉੱਥੇ ਬੈਠੇ ਹੋ, ਪਹਿਲੀ ਬਜਟ 'ਚ ਜਦ ਮੈਂ ਮੰਤਰੀ ਬਣੀ ਜੀ, IIM ਅੰਮ੍ਰਿਤਸਰ ਵਾਸਤੇ ਆਇਆ ਜੀ, ਹਾਰਟੀਕਲਚਰ ਇੰਸਟੀਟਿਊਟ, ਸਾਡਾ ਕ੍ਰਿਸ਼ੀ ਸੂਬਾ, ਹਾਰਟੀਕਲਚਰ ਇੰਸਟੀਟਿਊਟ ਉੱਥੇ ਮਾਝੇ ਵਿੱਚ ਆਇਆ। ਉਹਦੇ ਬਾਅਦ ਆਪਣੇ ਇਲਾਕੇ ਵਿੱਚ ਏਮਜ਼, ਜਿੱਥੇ ਇੱਥੇ ਕੈਂਸਰ ਐਕਸਪ੍ਰੈਸ ਟ੍ਰੇਨ ਚੱਲਦੀ ਸੀ, ਕੈਂਸਰ ਦਾ ਮਰੀਜ਼ ਲੈ ਕੇ ਬੀਕਾਨੇਰ ਜਾਣ ਵਾਸਤੇ, ਛੋਟੀ ਛੋਟੀ ਬਿਮਾਰੀਆਂ ਵਾਸਤੇ ਵੀ ਚੰਡੀਗੜ੍ਹ ਭੱਜੋ ਜਾਂ ਲੁਧਿਆਣੇ ਭੱਜੋ, ਇੰਨਾ ਵੱਡਾ ਏਮਜ਼ ਇੱਥੇ ਲੈ ਕੇ ਆ, ਅਤੇ 3 ਸਾਲਾਂ ਦੇ ਅੰਦਰ ਏਮਜ਼ ਤਿਆਰ ਕਰਕੇ ਲੋਕ ਅਰਪਣ ਕਰ ਦੇਣਾ। ਅੱਜ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਜਾਂਦੇ ਨੇ। ਪਹਿਲੇ 5 ਏਮਜ਼ ਵਿੱਚੋਂ ਪੰਜਾਬ ਦਾ ਨਾਂ
ਮੈਨੂੰ ਲੱਗਦਾ ਮੇਰੇ ਛੱਡਣ ਤੋਂ ਬਾਅਦ ਪੰਜਾਬ ਦਾ ਨਾਂ ਹੀ ਕਦੇ ਕਿਸੇ ਬਜਟ 'ਚ ਨਹੀਂ ਆਇਆ। ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਜਿਹੜੇ ਕਾਂਗਰਸ ਪਾਰਟੀ ਨੇ ਸਾਡੀ SGPC ਨੂੰ ਤੋੜ ਕੇ ਹਰਿਆਣੇ 'ਚ ਅੱਡ ਬਣਾਈ ਸੀ, ਜਿੰਨੇ ਚਿਰ ਆਪਾਂ ਉੱਥੇ ਬੈਠੇ ਸੀ ਆਪਾਂ ਉਹਨੂੰ ਇੰਪਲੀਮੈਂਟ ਨਹੀਂ ਹੋਣ ਦਿੱਤਾ। ਜਿਸ ਦਿਨ ਆਪਾਂ ਛੱਡੀ, ਨਾਲ ਦੀ ਨਾਲ ਚੱਕ ਕੇ ਇਹਨਾਂ ਨੇ ਪੁਲਿਸ ਭੇਜ ਕੇ ਬੂਟਾਂ ਬੰਦੂਕਾਂ ਸਮੇਤ ਚੱਕ ਕੇ ਬੰਦੇ ਬਾਹਰ ਸਿੱਟੇ ਅਤੇ ਆਪਦੇ ਹੱਥ ਧੋ ਕੇ ਬਿਠਾਤੇ, ਅਤੇ ਅੱਜ ਜਿਹੋ ਜਿਹਾ ਜਲੂਸ ਕੱਢ ਰਿਹਾ ਹੈ ਨਿਕਲ ਰਿਹਾ। ਉਹਦੇ ਬਾਅਦ ਇਹਨਾਂ ਨੇ ਨੰਦੇੜ ਸਾਹਿਬ 'ਚ ਵੀ, ਪਹਿਲੇ ਵੀ ਕੋਸ਼ਿਸ਼ ਕਰਦੇ ਸੀ ਸੂਬੇ ਦੀ ਸਰਕਾਰ, ਮੈਂ ਹਰ ਵਾਰੀ ਫੋਨ ਕਰਕੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਆਪਾਂ ਰੋਕਦੇ, ਹੁਣ ਤਾਂ ਸ਼ਰੇਆਮ ਉਹਨਾਂ ਨੇ ਚੱਕ ਕੇ ਆਪਦੇ ਸਾਰੇ ਬੰਦੇ ਸਰਕਾਰੀ ਬੰਦੇ ਬਿਠਾਤੇ ਨੰਦੇੜ ਕਮੇਟੀ 'ਚ ਵੀ, ਪਟਨਾ ਸਾਹਿਬ ਕਮੇਟੀ 'ਚ ਵੀ, ਅਤੇ ਜਿਹੜਾ ਕੁਛ ਇਹਨਾਂ ਨੇ ਟਰਾਈ ਕੀਤਾ ਸੀ ਇੱਥੇ SGPC ਦੀ ਚੋਣਾਂ, ਉਹ ਵੀ ਤੁਹਾਡੇ ਸਾਹਮਣੇ। ਜਿੱਥੇ ਬੰਦੀ ਸਿੱਖਾਂ ਦੀ ਗੱਲ ਹੈ, ਹਰ ਪਾਸੇ ਆਪਾਂ ਲੜਦੇ ਰਹੇ ਹਾਂ। 2019 'ਚ ਅਸੀਂ ਤਾਂ ਨਹੀਂ ਨਾ ਇਹਨਾਂ ਨੇ ਕਹਿਤਾ ਸੀ ਕਿ ਸਾਢੇ 500 ਸਾਲਾਂ 'ਚ ਕਰਾਂਗੇ, ਉਹ ਆਪਣੇ ਪ੍ਰੈਸ਼ਰ ਕਰਕੇ ਹੀ ਵਿੱਚੋਂ ਆਪਾਂ ਕੰਮ, ਭਾਵੇਂ ਆਪਣੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੋਏ, ਭਾਵੇਂ ਲੰਗਰ ਦਾ ਟੈਕਸ ਹੋਏ, ਜਿੰਨੇ ਕੰਮ ਇਹ ਹੋਏ ਨੇ ਅੰਦਰੋਂ ਆਪਣੀ ਪਾਰਟੀ ਦੀ ਨੁਮਾਇੰਦਗੀ ਆਪਾਂ ਲੱਗੇ ਰਹਿੰਦੇ ਸੀ। ਉਹਦੇ ਬਾਅਦ ਮੈਨੂੰ ਦੱਸੋ, ਸਾਡੇ ਛੱਡਣ ਤੋਂ ਬਾਅਦ ਇਹਨਾਂ ਨੇ ਇੱਕ ਚੀਜ਼, ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਸਾਡੇ ਸਾਹਿਬਜ਼ਾਦਿਆਂ ਦੀ ਜਿਹੜੀ ਮਹਾਨਤਾ ਹੈ ਉਹਨੂੰ ਘਟਾਉਣ ਦਾ ਜ਼ਰੂਰ ਕੰਮ ਕੀਤਾ ਆਪਣੇ ਬੇਸ਼ਰਮ ਲੋਕੀ, ਤਾਂ ਉਹਦੇ ਵਾਸਤੇ ਵੀ ਧੰਨਵਾਦ ਕਰਦੇ ਫਿਰਦੇ ਨੇ। ਉਹਨੂੰ ਬਾਲ ਦਿਵਸ ਕਰਕੇ ਸਾਡੇ ਬਾਬਿਆਂ ਨੂੰ, ਹਾਂਜੀ ਸਾਡੇ ਬਾਬਿਆਂ ਨੂੰ ਜਿਹਨੂੰ ਆਪਾਂ ਰੱਬ ਦੀ ਤਰ੍ਹਾਂ ਪੂਜਦੇ, ਉਹਨਾਂ ਨੂੰ ਬਾਲ ਬਣਾ ਕੇ ਛੱਡਤਾ। ਮਤਲਬ ਜਿਹਨੂੰ 26 ਜਨਵਰੀ 'ਚ ਇੱਕ ਮੁੰਡਾ ਜਿਹੜੇ ਛੱਪੜ ਤੋਂ ਕੋਈ ਕਿਸੇ ਨੂੰ ਬਚਾ ਲੈਂਦਾ ਉਹ ਵੀ ਬਾਲ ਹੀ ਕਹਿਲਾਉਂਦਾ ਹੈਗਾ। ਇਹਨੇ ਸਾਡੇ ਸਤਿਕਾਰਯੋਗ ਪੂਜਨਯੋਗ ਸਾਹਿਬਜ਼ਾਦਿਆਂ ਨੂੰ ਬਾਲ ਦਿਵਸ, ਵੀਰ ਬਾਲ ਦਿਵਸ ਕਰਕੇ, ਜਿੱਥੇ ਮੈਂ ਚਿੱਠੀ ਲਿਖੀ, SGPC ਨੇ ਵੀ ਲਿਖੀ, ਕਈ ਵਾਰੀ ਮੈਂ ਮੁੱਦਾ ਵੀ ਪਾਰਲੀਮੈਂਟ 'ਚ ਚੱਕਿਆ, ਲੇਕਿਨ ਹੁਣ ਇਹਨਾਂ ਦੇ ਚਾਪਲੂਸੀ ਇੰਨੇ ਹੋ ਗਏ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਿ ਉਹਦੇ ਵਿੱਚ ਹੀ ਵਾਹਵਾ ਕਰੀ ਜਾਂਦੇ ਨੇ, ਹੁਣ ਕਰੀਏ ਕਿ। ਤੁਸੀਂ ਕਹਿ ਰਹੇ ਹੋ ਇਮੇਜ ਤੁਸੀਂ ਲੈ ਕੇ ਆਏ, BJP ਆਪਦੇ ਪੋਸਟਰ ਲਾਈ ਬੈਠੀ ਹੈ ਕਿ ਇਮੇਜ ਸਾਡੀ ਸਰਕਾਰ ਲੈ ਕੇ ਆਈ ਹੈ, ਤਾਂ ਉਹਨਾਂ ਦੀ ਸਰਕਾਰ ਜੇ ਲੈ ਕੇ ਆਈ ਹੈ ਤਾਂ ਫਿਰ ਇਹ ਵੀ ਦੱਸਦੇ ਕਿ ਉਹਨਾਂ ਦੀ ਸਰਕਾਰ ਦਾ ਕਿਹੜਾ ਬੰਦਾ ਕਿੰਨੀ ਵਾਰੀ ਏਮਸ ਗਿਆ, ਅਤੇ ਉਹ ਜਾ ਕੇ ਏਮਸ ਦੇ ਅੱਜ 300 ਕਰੋੜ ਜਿਹੜੇ ਰੋਕੀ ਬੈਠੇ ਨੇ ਉਹੀ ਦਿਲਵਾ ਦੇਣ ਤਾਂ ਮੰਨ ਜਾਵਾਂਗੇ ਕਿ ਉਹਨਾਂ ਦੀ ਦੇਣ ਹੈ। ਅਤੇ ਪਹਿਲੀ ਗੱਲ, ਏਮਸ ਬਣਦਾ ਕਿਵੇਂ ਜੇ ਜ਼ਮੀਨ ਨਹੀਂ ਹੁੰਦੀ, ਏਮਸ ਹਵਾ 'ਚ ਤਾਂ ਬਣ ਨਹੀਂ ਸਕਦਾ ਨਾ। ਬਾਦਲ ਸਾਹਿਬ ਨੇ ਜਿੱਥੇ ਮੈਂ 2016 ਮਾਰਚ 'ਚ ਮੈਂ ਇਹਨੂੰ ਸੈਂਕਸ਼ਨ ਕਰਾਇਆ ਅਤੇ 2017 'ਚ ਆਪਣੀ ਸਰਕਾਰ ਬਦਲ ਗਈ, ਉਸ ਸਮੇਂ ਵਿੱਚ ਜਿੱਥੇ ਬਾਕੀ ਏਮਸ ਨੂੰ ਮੈਨੂੰ ਲੱਗਦਾ 10-10 ਸਾਲ ਮਸਾਂ ਹੁਣ ਇਲੈਕਸ਼ਨ ਕਰਕੇ ਤਿਆਰ ਕੀਤੇ ਨੇ, ਉਸ ਸਾਲ ਭਰ 'ਚ ਇਹ 900 ਏਕੜ ਜ਼ਮੀਨ ਉਹਨੂੰ ਅਕਵਾਇਰ ਕਰਨਾ, ਉਹਨੂੰ ਪਰਚੇਸ ਕਰਨਾ, ਉਹਦੀ ਚਾਰਦੀਵਾਰੀ ਕਰਨੀ, ਉਹਦਾ ਪਾਣੀ, ਉਹਦੀ ਬਿਜਲੀ, ਸਾਰੀ ਉਹਦੀ ਸਟੇਟ ਦੀ ਜਿੰਨੀ ਰਿਸਪੋਂਸੀਬਿਲਿਟੀ ਸੀ ਉਹਨੂੰ ਪੂਰਾ ਕਰਨਾ, ਸੈਂਟਰ ਦੇ ਨਾਲ MOU ਬਿਲਕੁਲ ਤਿਆਰ ਬਤਿਆਰ ਕਿ ਹੁਣ ਬ੍ਰੇਕ ਗਰਾਊਂਡ 'ਤੇ ਸ਼ੁਰੂ ਹੋ ਜਾਏ, ਤਾਂ ਉਹ ਪਰਮਾਤਮਾ ਦੀ ਕਿਰਪਾ ਹੋਈ ਕਿ ਉਹਨਾਂ ਨੇ ਮੈਨੂੰ ਮੰਤਰੀ ਬਣਾਤਾ। ਅਤੇ ਭਾਵੇਂ ਉੱਥੇ ਬ੍ਰੇਕ ਗਰਾਊਂਡ ਦੇਖੋ, ਜੇ ਕੋਈ ਨਾ ਸੈਂਟਰ ਸਰਕਾਰ ਦਾ ਬੰਦਾ ਆਇਆ, ਜਦ ਗਰਾਊਂਡ ਬ੍ਰੇਕਿੰਗ ਸੀਗੀ, ਭੂਮੀ ਪੂਜਨ ਜਦ ਕੀਤਾ, ਨਾ ਸੈਂਟਰ ਨੇ ਆਪਣਾ ਬੰਦਾ ਭੇਜਣ ਮੁਨਾਸਿਬ ਸਮਝਿਆ, ਅਤੇ ਸਟੇਟ ਦੀ ਸਰਕਾਰ ਨੇ ਤਾਂ ਕਰਨਾ, ਇਹਨਾਂ ਤਾਂ ਹਰ ਤਰ੍ਹਾਂ ਦੀ ਅੜਚਨ ਪਾਈ। ਉਹ ਇਕੱਲੇ ਭਾਵੇਂ ਉਹਦੇ ਉਦਘਾਟਨ, ਭਾਵੇਂ ਉਹਦੀ ਉਸਾਰੀ, ਭਾਵੇਂ ਉਹਦਾ ਇੱਕ ਇੱਕ ਚੀਜ਼ ਦਿੱਲੀ 'ਚ ਫੋਲੋ ਅਪ ਕਰਕੇ, ਪੈਸੇ ਰੁਕ ਗਏ ਤਾਂ, ਡਰਾਇੰਗਸ ਰੁਕ ਗਈ ਤਾਂ, ਕੋਈ ਚੀਜ਼ ਜੋ ਰੁਕ ਗਈ ਸਟੇਟ ਦੀ ਸਰਕਾਰ ਨੂੰ, ਅੱਜ ਹਰ ਚੀਜ਼ ਤੋਂ ਪੁਸ਼ ਕਰਕੇ ਆਪਾਂ ਕੀਤਾ। ਇੱਕ ਹੋਰ ਬੰਦਾ ਤਾਂ 10-3 ਸਾਲਾਂ 'ਚ ਜੇ ਕੋਈ ਉੱਥੇ ਦੇਖਿਆ, ਸੋ ਹੁਣ ਕ੍ਰੈਡਿਟ ਲੈਣ ਵਾਸਤੇ ਤਾਂ ਜੋ ਮਰਜ਼ੀ, ਉਹ ਤਾਂ ਇਹ ਵੀ ਕਹਿਣਗੇ ਕਿ ਬਠਿੰਡਾ ਦੀ ਨੁਹਾਰ ਹੀ ਉਹਨਾਂ ਨੇ ਬਦਲੀ ਹੈਗੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਤੋਂ ਤੁਸੀਂ ਛੱਡ ਆਏ, ਉਦੋਂ ਬਾਅਦ ਸਾਰਾ ਉੱਥੇ ਜਿਹੜੇ ਕੰਮ ਪੰਜਾਬ ਦਾ ਨਾਮ ਵੀ ਬਜਟ 'ਚ ਖਤਮ ਹੋ ਗਿਆ, ਜਿਹੜੀਆਂ ਪੰਜਾਬ ਚੀਜ਼ਾਂ ਆਉਣੀਆਂ ਸੀ ਉਹ ਵੀ ਰੁਕ ਗਈਆਂ, ਅੱਜ ਦੇ ਮੈਨੀਫੈਸਟੋ 'ਚ ਵੀ ਦੇਖ ਲਓ, ਜੇ ਉਹਨਾਂ ਦੇ ਪੰਜਾਬ ਦਾ ਨਾਂ ਵੀ ਹੈਗਾ ਕਾਂਗਰਸ ਜਾਂ BJP ਦੇ ਮੈਨੀਫੈਸਟੋ 'ਚ, ਕੁਛ ਪੰਜਾਬ ਵਾਸਤੇ ਕੁਛ ਹੈ ਵੀ ਉਹਦੇ ਵਿੱਚ, ਜੇ ਇੰਨਾ ਪੰਜਾਬ ਦੇ ਨਾਲ ਲਗਾਵ ਹੈ। ਅਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ, ਮੰਤਰੀ ਹੋਰ ਵੀ ਤਾਂ ਸੰਪਲਾ ਸਾਹਿਬ ਵੀ ਸੀਗੇ, ਸੋਮ ਪ੍ਰਕਾਸ਼ ਜੀ ਵੀ ਸੀਗੇ, ਉਹ ਕਿਹੜੀ ਚੀਜ਼ ਲੈ ਕੇ ਆਏ ਨੇ? ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਮੰਤਰੀ ਪਦ ਤੋਂ ਬਾਅਦ ਪੰਜਾਬ ਦਾ ਨਾਮ ਵੀ ਪੈਣੋਂ ਹਟ ਗਿਆ, ਕੀ ਪਛਤਾ ਰਹੇ ਹੋ ਕਿ ਤੁਹਾਨੂੰ ਨਹੀਂ ਛੱਡਣਾ ਚਾਹੀਦਾ ਸੀ? ਨਹੀਂ, ਬਿਲਕੁਲ ਪਛਤਾਵਾ, ਮੈਂ ਆਪਣੀ ਮਰਜ਼ੀ ਨਾਲ ਛੱਡ ਕੇ ਆਈ ਹਾਂ, ਮੇਰੇ ਉੱਤੇ ਕਿਹੜਾ ਕੋਈ ਪ੍ਰੈਸ਼ਰ ਸੀ? ਇਹ ਮੇਰੇ ਵਿਰੋਧੀ ਭਾਵੇਂ ਕਹਿਣ ਕਿ ਮੇਰੇ ਉੱਤੇ ਕੋਈ ਪ੍ਰੈਸ਼ਰ,
ਪ੍ਰੈਸ਼ਰ ਤਾਂ ਦੁਸ਼ੰਤ ਚੌਟਾਲਾ ਦੇ ਉੱਤੇ ਵੀ ਹੋਣਾ ਹੈ, ਲੇਕਿਨ ਛੱਡਿਆ ਕਿਸੇ ਨੇ? ਸੋ ਇਹ ਨਹੀਂ, ਮੇਰੀ ਜ਼ਮੀਰ ਦੀ ਆਵਾਜ਼ ਸੀਗੀ ਕਿ ਜਿਹਦੇ ਵਾਸਤੇ ਮੇਰੇ ਕਿਸਾਨ ਲੜ ਰਹੇ ਨੇ, ਮੈਂ ਉਸ ਸਰਕਾਰ ਦਾ ਹਿੱਸਾ ਬਣਾ, ਜੇ ਉਹ ਠੋਸ ਕੇ ਉਹਨਾਂ ਦੇ ਗਲ 'ਚ ਜ਼ਬਰਦਸਤੀ ਦੇ ਨਾਲ ਕਰਾਂ? ਮੈਂ ਬਿਲਕੁਲ ਉਹਦੇ ਹੱਕ 'ਚ ਨਹੀਂ ਸੀ। ਜੇ ਆਪਦੀ ਕੁਰਸੀ ਚੁਣਨੀ ਹੈ ਜਾਂ ਆਪਣੇ ਲੋਕ ਚੁਣਨੇ, ਮੇਰੇ ਲਈ ਤਾਂ ਬਿਲਕੁਲ ਕਲੀਅਰ, ਇੱਕ ਮਿੰਟ ਨਹੀਂ ਲਾਇਆ। ਪਹਿਲੇ ਵਿੱਚ ਬੈਠ ਕੇ ਜਦੋਂ ਤਾਂ ਆਰਡੀਨੈਂਸ ਸੀਗਾ, ਆਰਡੀਨੈਂਸ ਜੇ 6 ਹਫ਼ਤਿਆਂ 'ਚ ਪਾਰਲੀਮੈਂਟ 'ਚ ਪਾਸ ਹੁੰਦਾ ਤਾਂ ਉਹ ਕਾਨੂੰਨ ਬਣਦਾ ਹੈ। ਕਈ ਆਰਡੀਨੈਂਸ ਹਰ ਸਾਲ ਉਹੀ ਲੈਪਸ ਹੋ ਜਾਂਦੇ ਕਿਉਂਕਿ ਪਾਰਲੀਮੈਂਟ 'ਚ ਆਉਂਦੇ ਨਹੀਂ ਹੈ ਜਾਂ ਪਾਸ ਨਹੀਂ ਹੁੰਦੇ। ਸੋ ਜਦ ਮੈਨੂੰ ਕਿਹਾ ਗਿਆ ਕਿ ਕਿਸਾਨਾਂ ਦੇ ਖਲਸ਼ਿਆਂ ਨੂੰ ਸਹੀ ਕਰਕੇ ਆਪਾਂ ਤਾਂ ਪਾਰਲੀਮੈਂਟ 'ਚ ਲੈ ਕੇ ਆ, ਤਾਂ ਮੈਂ ਵਿੱਚ ਉਹੀ ਕੋਸ਼ਿਸ਼ ਕਰਦੀ ਰਹੀ। ਉਸ ਦੌਰਾਨ 'ਚ ਤੁਹਾਨੂੰ ਪਤਾ ਕਿ ਇਹਨਾਂ ਨੇ ਮੱਧ ਪ੍ਰਦੇਸ਼ ਦੀ ਸਰਕਾਰ ਗਿਰਾ ਕੇ, ਉਹ ਜਦ ਮਾਧਵ ਰਾਓ ਸਿੰਧਿਆ ਦੇ ਜੋਧੇ ਸਿੰਧਿਆ ਦੇ ਨਾਲ 25 MLA ਤੋੜ ਕੇ ਸਰਕਾਰ ਗਿਰਾਤੀ ਸੀ, ਤਾਂ ਉਹ ਬਾਈ ਇਲੈਕਸ਼ਨ ਉਸ ਟਾਈਮ ਆ ਗਏ ਅਤੇ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਉਹ ਇਲੈਕਸ਼ਨ 'ਚ ਬਿਜ਼ੀ ਸੀਗੇ। ਸੋ ਇਸ ਕਰਕੇ ਜਿਹੜਾ ਜੂਨ ਅਤੇ ਉਹ ਸਪਟੈਂਬਰ ਦਾ ਸਮਾਂ ਸੀ, ਉਹ ਆਪਣੇ ਇਲੈਕਸ਼ਨ ਦੇ ਦੌਰਾਨ ਉੱਥੇ ਸੀਗੇ, ਅਤੇ ਮੈਂ ਬਾਰ ਬਾਰ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੀ ਕਿ ਕਿਸਾਨਾਂ ਨਾਲ ਬਹਿ ਜਾਓ, ਕਰ ਜਾਓ, ਲੇਕਿਨ ਉਹ ਸਮਾਂ ਉਹਨਾਂ ਨੂੰ ਨਹੀਂ ਮਿਲਿਆ। ਕੋਵਿਡ ਕਰਕੇ ਉਹ ਵੀ ਜ਼ਿਆਦਾ ਇੰਨਾ ਖੁੱਲ੍ਹਾ ਨਹੀਂ ਸੀਗਾ, ਅਤੇ ਨਾਲ ਦੀ ਨਾਲ ਜਦੋਂ ਬਿੱਲ ਲਿਆਏ, ਬਿੱਲ ਲਾ ਕੇ ਮੈਨੂੰ ਪਤਾ ਹੀ ਸੀ ਇਹਨਾਂ ਦੇ ਕੋਲ ਮੈਜੋਰਿਟੀ ਪਾਸ ਹੋਊਗਾ, ਅਤੇ ਮੈਂ ਜ਼ਿੰਮੇਵਾਰ ਬਿਲਕੁਲ ਇਸ ਕਾਂਗਰਸ ਪਾਰਟੀ ਨੂੰ ਸਮਝ, ਜਿਹੜੀ ਸਭ ਤੋਂ ਲਾਰਜੈਸਟ ਆਪੋਜੀਸ਼ਨ ਪਾਰਟੀ ਸੀਗੀ, ਜਿਨ੍ਹਾਂ ਨੂੰ ਖੜ ਕੇ ਇਹਨੂੰ ਰੇਜ਼ ਕਰਨਾ ਸੀ। ਉਹ ਰਾਹੁਲ ਗਾਂਧੀ ਵਿਦੇਸ਼ ਭੱਜ ਗਿਆ, ਆਹ ਬਿੱਟੂ ਸ਼ਿੱਟੂ ਸਾਰੇ ਵਾਕਆਊਟ ਕਰ ਗਏ, ਭਗਵੰਤ ਮਾਨ ਨਾਲ ਉਹਨਾਂ ਦੇ ਨਾਲ ਵਾਕਆਊਟ ਕਰਕੇ ਗਿਆ। ਅਸੀਂ ਵੀ 2 ਸੀ, ਉਹ ਵੀ 1 ਸੀ, ਸਾਡੇ ਨਾਲ ਖੜ ਸਕਦਾ ਸੀ, ਲੇਕਿਨ ਕਾਂਗਰਸ ਦੇ ਨਾਲ ਵਾਕਆਊਟ ਕਰਕੇ ਗਿਣਤੀ ਪਾਰਲੀਮੈਂਟ 'ਚ ਘਟਾਈ ਤਾਂ ਕਿ ਉਹਨਾਂ ਦਾ ਸੌਖਾ ਪਾਸ ਹੋ ਜਾਏ, ਅਤੇ ਇਕੱਲੇ ਸੁਖਬੀਰ ਜੀ ਤਾਂ ਮੈਂ ਬੈਠ ਕੇ, ਮੈਂ ਜਾ ਕੇ ਪਹਿਲੇ ਆਪਦਾ ਅਸਤੀਫਾ ਦੇ ਕੇ ਫਿਰ ਉਲਟ ਵੋਟ ਪਾ ਕੇ ਬੈਠੀ। ਸੋ ਮੈਨੂੰ ਤਾਂ ਬਿਲਕੁਲ ਕਲੀਅਰ ਸੀ, ਮੈਂ ਤਾਂ 2 ਦਿਨ ਪਹਿਲੇ ਹੀ ਕਹਿਤਾ ਸੀ ਜੇ ਤੁਸੀਂ ਇਹਨੂੰ ਪਾਸ ਕਰੋਗੇ ਤਾਂ ਬਿਲਕੁਲ ਅਸੀਂ ਇਸ ਸਰਕਾਰ ਦਾ ਹਿੱਸਾ ਮੈਂ ਤਾਂ ਨਹੀਂ ਰਵਾਂਗੇ। ਕਿਸਾਨ ਯੂਨੀਅਨ ਇਹ ਗੱਲ ਕਹਿੰਦੇ ਕਿ ਪਹਿਲਾਂ ਅਕਾਲੀ ਦਲ ਸਿਫਤ ਕਰਦਾ ਸੀ, ਉਹ ਸਾਡਾ ਪ੍ਰੈਸ਼ਰ ਬਣਿਆ ਤਾਂ ਬੀਬਾ ਨੇ ਅਸਤੀਫਾ ਦਿੱਤਾ। ਨਹੀਂ, ਸਿਫਤ ਕਰਨ ਦੀ ਕੋਈ ਗੱਲ ਨਹੀਂ ਸੀ, ਆਹ ਸੀ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਇਸ ਬਿੱਲ 'ਚ ਜੋ ਖਾਮੀਆਂ ਤੁਹਾਨੂੰ ਲੱਗਦੀ ਹੈ ਉਹ ਸਾਨੂੰ ਕਿਸਾਨ ਦੱਸ ਦੇਣ, ਅਸੀਂ ਉਹਨੂੰ ਠੀਕ ਕਰ ਦਾਂਗੇ। ਸੋ ਮੈਂ ਨਾ ਉਹਨਾਂ ਦੀ ਮਨਸ਼ਾ ਦੇ ਉੱਤੇ ਮੈਂ ਕਦੇ ਨਹੀਂ ਸੋਚਿਆ ਕਿ ਉਹ ਜਾਣ ਬੁੱਝ ਕੇ ਕਿਸਾਨ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਸੋ ਮੈਂ ਸੋਚਿਆ ਵੀ ਸਹੀ ਮਨ ਦੇ ਨਾਲ ਲਾ ਰਹੇ ਨੇ, ਤਾਂ ਮੈਂ ਕਿਹਾ ਚੰਗਾ ਹੈਗਾ ਦੇਖ ਲਓ, ਅਤੇ ਉਹਦੇ ਬਾਅਦ ਜਦ ਕਿਸਾਨ ਬੋਲਣ ਲੱਗੇ ਆਹ ਠੀਕ ਆਹ ਠੀਕ ਨਹੀਂ, ਸੋ ਮੈਂ ਕਿਹਾ ਫਿਰ ਬੈਠ ਕੇ ਗੱਲ ਕਰੋ, ਫਿਰ ਉਹ ਗੱਲ ਉਹਨਾਂ ਦੇ ਪਾਸ ਉਹਨਾਂ ਦੇ ਕੋਲ ਰੱਖੀ। ਸੋ ਜਦ ਉਹਨਾਂ ਦੇ ਕੋਲ ਰੱਖੀ, ਉਹ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੀ ਨਹੀਂ ਸੀਗੇ। ਅੱਜ ਤੱਕ ਤੁਸੀਂ ਦੇਖੋ ਕਿ ਮੇਰੀ ਤਾਂ ਕੀ ਸੁਣਨੀ ਸੀ, 750 ਕਿਸਾਨ ਮਰ ਗਏ, ਅੱਜ ਤਾਈਂ ਉਹ ਨਹੀਂ ਮੰਨਦੇ ਕਿ ਵੀ ਕਿਸਾਨ ਕੋਈ ਮਰੇ ਵੀ ਹੈਗੇ। ਜਦ ਇੰਨੇ ਪੂਰੇ ਪੰਜਾਬ ਨੂੰ ਬਰੂਹਾਂ 'ਚ ਬਿਠਾ ਛੱਡਿਆ, ਤਾਂ ਉਹਨਾਂ ਦੀ ਉਹਨਾਂ ਜਾ ਕੇ ਇਕੱਲੇ UP ਇਲੈਕਸ਼ਨ ਕਰਕੇ ਉਹਨਾਂ ਨੇ ਵਾਪਸ ਲਿੱਤਾ। ਉਹ ਕਮੇਟੀ ਜਿਹੜੀ MSP ਕਹਿੰਦੇ ਸੀ ਲਾਜ਼ਮੀ, ਅੱਜ ਤਾਂ ਹੀ ਨਹੀਂ ਬਣਾਈ, ਅੱਜ ਫਿਰ ਕਿਸਾਨ ਉਹਦੇ ਵਾਸਤੇ ਹੀ ਲੜ ਰਹੇ ਨੇ, ਅਤੇ ਮੈਂ ਇਕੱਲੀ ਇੰਨੀ ਵੱਡੀ ਸਰਕਾਰ 'ਚ ਮੈਂ ਕੀ ਚੀਜ਼ ਸੀ, ਜਿੰਨੀ ਕੁ ਮੈਂ ਲੜ ਸਕਦੀ ਸੀ ਮੈਂ ਆਪਣੇ ਵੱਲੋਂ ਤਾਂ ਮੈਂ ਲੜੀ, ਲੇਕਿਨ ਜਦ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਗਏ ਤਾਂ ਵੀ ਇਹ ਨਹੀਂ ਝੁਕੇ। ਸੋ ਇਹ ਤਾਂ ਲੋਕਾਂ ਨੂੰ ਤਾਂ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਇਕੱਲੀ ਹਰਸਿਮਰਤ ਦੇ ਬਸ ਦੀ ਗੱਲ ਤਾਂ ਸੀ ਨਹੀਂ, ਜਿੰਨਾ ਮੈਂ ਕੋਸ਼ਿਸ਼ ਕਰ ਸਕੀ ਮੈਂ ਆਪਣੇ ਵੱਲੋਂ ਕੀਤਾ, ਮੈਂ ਜਾਣਦੀ ਹਾਂ, ਮੇਰਾ ਰੱਬ ਜਾਣਦਾ ਹੈ, ਬਾਕੀ ਦੁਨੀਆ ਦੇ ਸਾਹਮਣੇ ਜਦ ਸਮਾਂ ਆਇਆ ਉਹਨਾਂ ਨੂੰ ਛੱਡਿਆ ਤਾਂ ਕਿਸਾਨਾਂ ਨਾਲ ਖੜੀ। ਮੇਰਾ ਖਿਆਲ ਉਹ ਪ੍ਰੂਫ ਇਜ਼ ਬਿਗਰ ਦੈਨ ਜੋ ਮੇਰੇ ਵਿਰੋਧੀ ਤੋਂ ਜੋ ਮਰਜ਼ੀ ਕਹਿੰਦੇ ਰਹਿੰਦੇ, ਉਹ ਤਾਂ ਕਹਿੰਦੇ ਬਿੱਲ ਵੀ ਮੈਂ ਬਣਾਏ। ਬਠਿੰਡਾ ਏਮਜ਼ ਦਾ ਦਾਵਾ ਤਾਂ ਤੁਸੀਂ ਠੋਕ ਰਹੇ ਹੋ, ਪਰ ਬਠਿੰਡਾ ਦੇ ਲੋਕ ਹੋਰ ਕਿਹੜੇ ਮੁੱਦੇ ਆ ਜਿਹਨਾਂ ਦੇ ਉੱਤੇ ਤੁਹਾਨੂੰ ਵੋਟ ਦੇਣ, ਕੀ ਕਾਰਨ ਹੈ? ਦੇਖੋ ਬਠਿੰਡਾ ਪਾਰਲੀਮੈਂਟਰੀ ਜੇ ਦੇਖਣ ਲੱਗ ਜਾਏ, ਆਮ ਚਰਚਾ ਹੁੰਦੀ ਸੀ ਜਦ ਆਪਣੀ ਸਰਕਾਰ ਸੀ ਕਿ 5 ਸਾਲ ਦਾ ਬਜਟ ਸੂਬੇ ਵਾਸਤੇ, ਇੱਕ ਉਹਦੇ ਵਿੱਚੋਂ 1 ਸਾਲ ਦਾ ਕੱਲਾ ਬਠਿੰਡੇ ਪਾਰਲੀਮੈਂਟਰੀ 'ਚ ਜਾਂਦਾ ਸੀ, ਕਿਉਂਕਿ ਇੱਕ ਇੱਕ ਪਿੰਡ 'ਚ ਇੱਕ ਇੱਕ ਵਾਰਡ 'ਚ ਜਾ ਕੇ ਜਿੱਥੇ ਬੁਨਿਆਦੀ ਢਾਂਚੇ ਉਹਨਾਂ ਦੇ ਸ਼ਹਿਰਾਂ ਦਾ, ਭਾਵੇਂ ਸੀਵਰ ਹੋਏ, ਵਾਟਰ ਸਪਲਾਈ ਹੋ, ਗਲੀ ਨਾਲੀਆਂ, ਸਟਰੀਟ ਲਾਈਟ, ਹਸਪਤਾਲ, ਪਾਰਕ, ਸਟੇਡੀਅਮ, ਜਿੱਥੇ ਸ਼ਹਿਰਾਂ 'ਚ ਛੋਟੀ ਮੰਡੀ, ਵੱਡੀ ਮੰਡੀ, ਸ਼ਹਿਰ, ਹਰੇਕ 'ਚ ਆ ਕੁਛ ਕੀਤਾ ਗਿਆ।
ਮਾਨਸੇ ਵਰਗੇ ਜਿੱਥੇ ਕੁੜੀਆਂ ਦਾ ਕਾਲਜ ਤੱਕ ਨਹੀਂ ਸੀ, ਪਹਿਲੇ ਕੁੜੀਆਂ ਦਾ ਕਾਲਜ ਬਣਾਇਆ, ਥਰਮਲ ਬਣਾਏ, ਜੱਚਾ ਬੱਚਾ ਹੋਸਪਿਟਲ ਬਣਾਇਆ। ਬਠਿੰਡਾ ਸ਼ਹਿਰ ਤਾਂ ਤੁਸੀਂ ਆਪ ਹੀ ਜਾ ਕੇ ਦੇਖ ਲਓ, A to Z ਜੋ ਇੱਥੇ ਹਰ 5 ਮਿੰਟਾਂ 'ਚ ਫਾਟਕ ਹੁੰਦਾ ਸੀ, ਆ ਪੁੱਲ, ਓਵਰ ਬ੍ਰਿਜ, ਅੰਡਰ ਬ੍ਰਿਜ, ਇਹ ਵਧੀਆ ਇੱਥੇ ਸਟੇਡੀਅਮ, ਪਾਰਕਸ ਕੀ ਬਣਾਤੇ ਹਰ ਵਾਰਡ 'ਚ, ਹਰ ਪਿੰਡ 'ਚ। ਜਦ ਮੈਂ 2009 'ਚ ਸਾਡੇ ਸਿਰ ਤੋਂ ਵੀ ਬਾਹਰ ਤੋੜੇ ਲਾ ਦੇ, ਹਰ ਹਰ ਪਿੰਡ ਅਤੇ ਹਰ ਵਾਰਡ 'ਚ RO ਸਿਸਟਮ ਲਗਾ ਕੇ ਸਾਫ਼ ਸੁਥਰਾ ਪਾਣੀ। ਫਿਰ ਇੱਕ ਪਾਸੇ ਬੁਨਿਆਦੀ ਢਾਂਚਾ, ਇਰੀਗੇਸ਼ਨ ਵਾਸਤੇ ਆੜ, ਪਤਾ ਨਹੀਂ ਕਿੰਨੇ ਹੀ ਸੈਂਕੜੇ ਬਿਜਲੀ ਦੇ ਗ੍ਰਿਡ ਬਣਾਏ, ਕਿੰਨੇ ਹੀ ਸੈਂਕੜੇ ਵਾਟਰ ਵਰਕਸ ਬਣਾਏ, ਜਿੱਥੇ 30-30 ਸਾਲ ਪਾਣੀ ਨਹੀਂ ਜਾਂਦਾ ਸੀ, ਪਿੰਡਾਂ ਨੂੰ ਪਾਣੀ ਦਿੱਤਾ। ਅਤੇ ਫਿਰ ਬਠਿੰਡੇ ਦੀ ਪ੍ਰੋਗਰੈਸ ਵਾਸਤੇ, ਇਕੱਲੇ ਇਹ ਨਹੀਂ ਕਿ ਆਪਾਂ ਸਿਰਫ ਬੁਨਿਆਦੀ ਕੰਮ ਕਰੀਏ, ਸਭ ਤੋਂ ਪਹਿਲੇ ਇਹ ਜਿਹੜੀ ਬਠਿੰਡਾ ਰਿਫਾਇਨਰੀ, ਸਭ ਤੋਂ ਵੱਡਾ ਕਾਰਖਾਨਾ ਪੰਜਾਬ ਦਾ ਸੀਗਾ, ਜਿਹੜਾ ਬਾਦਲ ਸਾਹਿਬ ਵਾਜਪਾਈ ਜੀ ਤੋਂ ਲੈ ਕੇ ਆਏ ਸੀ। ਲੋਕਾਂ ਨੇ ਸਰਕਾਰ ਬਦਲਤੀ ਅਤੇ ਕੈਪਟਨ ਨੇ ਤਾਲੇ ਲਾ ਛੱਡੇ, 5 ਸਾਲ ਕੁਛ ਨਹੀਂ ਕੀਤਾ, ਉਹ ਤਾਲੇ ਤੋੜ ਕੇ ਉਸ ਰਿਫਾਇਨਰੀ ਨੂੰ ਕੰਪਲੀਟ ਕਰਾਇਆ। ਅਤੇ ਜਦ ਉਹ 2 ਸਾਲ ਬਣ ਰਹੀ ਸੀ, ਜਿਵੇਂ ਜਦ ਏਮਸ ਵੀ ਬਣ ਰਿਹਾ ਸੀ, ਆਹ ਵੀ ਬਣ ਰਿਹਾ ਸੀ, ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰਾਂ ਨੂੰ ਮਜ਼ਦੂਰੀ, ਕਿਸੇ ਨੂੰ ਢੋਆ ਢੋਆਏ, ਕਿਸੇ ਨੂੰ ਟਰੱਕ ਦਾ, ਕਿਸੇ ਨੂੰ ਇੱਟਾਂ ਦਾ, ਕਿਸੇ ਨੂੰ ਪੱਥਰ ਦਾ, ਕਿਸੇ ਨੂੰ ਲੱਕੜ ਦਾ ਕੰਮ, ਪਹਿਲੇ ਤਾਂ ਉਹ ਰੁਜ਼ਗਾਰ ਮਿਲਿਆ। ਉਹਦੇ ਬਾਅਦ ਜਦ ਬਣ ਗਿਆ, ਹੁਣ ਤਲਵੰਡੀ ਸਾਬੋ 'ਚ ਤੁਸੀਂ ਦੇਖੋ ਕਿੰਨਾ ਵੱਡਾ ਰੁਜ਼ਗਾਰ ਦਾ ਸਾਧਨ ਹੈ। ਉਹਦੇ ਬਾਅਦ ਸਭ ਤੋਂ ਵੱਡੀ ਜਿਹੜੀ ਯੂਨੀਵਰਸਿਟੀ, ਸੈਂਟਰਲ ਯੂਨੀਵਰਸਿਟੀ, ਇਹ ਘੁੱਦੇ ਨੂੰ ਕਹਿੰਦੇ ਸੀ ਟਿੱਬਿਆਂ ਦਾ ਪਿੰਡ, ਇੱਥੇ ਕੋਈ ਜ਼ਮੀਨ ਤੱਕ ਨਹੀਂ ਖਰੀਦਦਾ ਸੀ, ਉੱਥੇ ਸੈਂਟਰਲ ਯੂਨੀਵਰਸਿਟੀ ਆ ਕੇ ਨਿੱਕਾ ਜਿਹਾ ਸ਼ਹਿਰ ਬਣਿਆ ਹੋਇਆ। ਫਿਰ 3ਵਾਰੀ ਲੋਕਾਂ ਨੇ ਬਣਾਇਆ ਤਾਂ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ, ਏਮਸ ਹੋਸਪਿਟਲ, ਉਹਦੇ ਵਿੱਚ ਪਹਿਲਾਂ ਮੈਡੀਕਲ ਕਾਲਜ, ਨਰਸਿੰਗ ਕਾਲਜ, ਤਾਂ ਕਿ ਸਾਡੇ ਬੱਚੇ ਉੱਥੋਂ ਹੀ ਪੜ੍ਹਾਈ ਲਿਖਾਈ ਕਰਕੇ ਡਾਕਟਰ ਨਰਸ ਬਣ ਕੇ ਉਹਨਾਂ ਨੂੰ ਨੌਕਰੀ ਉੱਥੇ ਮਿਲੇ। ਅਤੇ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਗਰੀਬ ਦਾ ਇਲਾਜ ਹੋਏ। ਅਤੇ ਮੈਨੂੰ ਪਰਸੋਂ ਹੀ ਕੋਈ ਮਿਲੇ ਸੀ ਇੱਕ ਬਜ਼ੁਰਗ, ਉਹ ਕਹਿੰਦੇ ਮੈਂ ਸਿਰਫ ਆ ਕੇ ਤੁਹਾਡਾ ਧੰਨਵਾਦ ਕਰਨਾ। ਮੈਂ ਕਿਹਾ ਕਾਹਦੇ ਵਾਸਤੇ? ਕਹਿੰਦੇ ਮੇਰਾ ਪੋਤਾ ਇਸ ਮੈਡੀਕਲ ਕਾਲਜ 'ਚ, ਉਹ ਪਹਿਲੇ ਬੈਚ 'ਚ ਗਿਆ ਅਤੇ ਹੁਣ ਉਹਦੇ 5 ਸਾਲ ਕੰਪਲੀਟ ਹੋ ਗਏ ਨੇ, ਉਹ ਡਾਕਟਰ ਬਣਨ ਲੱਗਿਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ 5 ਸਾਲਾਂ 'ਚ ਕੇਵਲ 5,000 ਰੁਪਏ ਖਰਚੇ, ਉਹਦੀ ਪੜ੍ਹਾਈ ਮੁਫਤ ਸੀ, ਉਹਦਾ ਰਹਿਣਾ ਮੁਫਤ ਸੀ, ਉਹ ਸਾਰਾ ਖਰਚਾ ਮੁਫਤ ਸੀਗਾ, 5,000 'ਚ ਮੇਰਾ ਪੋਤਾ ਡਾਕਟਰ ਬਣਿਆ। ਹੁਣ ਤੁਸੀਂ ਦੱਸੋ, 5,000 'ਚ ਕਿਸੇ ਦਾ ਮਹੀਨੇ ਦਾ ਖਰਚਾ ਤੱਕ ਵੀ ਨਹੀਂ ਨਿਕਲਦਾ, ਇੱਥੇ 5,000 'ਚ ਡਾਕਟਰ ਬਣ ਗਿਆ। ਸੋ ਇਹ ਏਮਸ ਦੇ ਆਉਣ ਦੇ ਨਾਲ ਇੱਥੇ ਜ਼ਮੀਨ ਦੀ ਕੀਮਤਾਂ ਵਧੀਆਂ ਨੇ, ਰੁਜ਼ਗਾਰ ਦੇ ਸਾਧਨ, ਕਿੰਨੇ ਲੋਕ ਉੱਥੇ ਕੰਮ ਕਰਦੇ ਨੇ, ਕੋਈ ਨਰਸ ਕੰਮ ਕਰਦਾ, ਕੋਈ ਸਿਕਿਉਰਿਟੀ 'ਚ, ਕੋਈ ਮਾਲੀ 'ਚ, ਹਜ਼ਾਰਾਂ ਨੂੰ ਰੁਜ਼ਗਾਰ ਮਿਲਿਆ। ਅਤੇ ਇਹ ਅਜੇ ਵਧਣਾ ਹੈ। ਅਤੇ ਜੇ ਕਿਤੇ 2017-2017 'ਚ ਲੋਕਾਂ ਨੇ ਆ ਝੂਠੀ ਭਾਈਵਾਲ ਪਾਰਟੀਆਂ ਦੇ ਝਾਸੇ 'ਚ ਫਸ ਕੇ, ਘਰ ਘਰ ਨੌਕਰੀ, ਕਰਜ਼ਾ ਮਾਫ਼ੀ, 1,000 ਰੁਪਏ ਬੀਬੀਆਂ ਨੂੰ, ਇਹ ਝੂਠੇ ਝਾਸੇ 'ਚ ਫਸ ਕੇ, ਜੇ ਸਰਕਾਰ ਨਹੀਂ ਬਦਲੀ ਹੁੰਦੀ ਤਾਂ ਮੈਨੂੰ ਲੱਗਦਾ ਹੈ ਬਾਦਲ ਸਾਹਿਬ ਨੇ ਤਾਂ ਅਜੇ ਪੰਜਾਬ ਨੂੰ ਕਿਤੇ ਦਾ ਕਿਤੇ ਲੈ ਜਾਣਾ ਸੀ। ਸਾਡੇ ਬੱਚੇ ਵਿਦੇਸ਼ਾਂ ਵੱਲ ਨਹੀਂ ਜਾਂਦੇ, ਨਾ ਹੀ ਨਸ਼ਿਆਂ ਵੱਲ ਜਾਂਦੇ, ਇਹੋ ਜਿਹੇ ਕਈ ਹੋਰ ਵੱਡੇ ਪ੍ਰੋਜੈਕਟ ਸਾਡੇ ਇਲਾਕੇ ਵਿੱਚ ਆ ਜਾਂਦੇ। ਹਾਂਜੀ, ਤੁਸੀਂ ਨਸ਼ਿਆਂ ਦੀ ਗੱਲ ਕੀਤੀ, ਪਹਿਲਾਂ ਵੀ ਗੱਲ ਕੀਤੀ ਕਿ ਨਸ਼ਿਆਂ ਨਾਲ ਮੈਨੂੰ ਮਾਵਾਂ ਮਿਲਦੀਆਂ, ਪਰ ਭਗਵੰਤ ਮਾਨ ਤਾਂ ਇਹ ਕਹਿੰਦੇ ਕਿ ਨਸ਼ਾ ਲਿਆਂਦਾ ਹੀ ਅਕਾਲੀ ਦਲ ਨੇ ਆ, ਤੁਹਾਡੇ ਭਾਈ ਸਾਹਿਬ ਬਿਕਰਮ ਜੀਠੀਆ ਦੀ ਦੇਣ ਹੈ ਨਸ਼ਾ, ਉਹਨਾਂ ਦਾ ਤਾਂ ਇਹ ਕਹਿਣਾ। ਅਤੇ ਫਿਰ ਭਗਵੰਤ ਮਾਨ ਦੇ ਪਿਓ, ਮਾਈ ਬਾਪ ਅਰਵਿੰਦ ਕੇਜਰੀਵਾਲ ਨੇ ਇੰਨਾ ਲੰਬਾ ਸਾਰਾ ਚਿੱਠਾ ਲਿਖ ਕੇ ਅਦਾਲਤ ਤੋਂ ਬਿਕਰਮ ਤੋਂ ਮਾਫ਼ੀ ਕਿਉਂ ਮੰਗੀ? ਭਗਵੰਤ ਮਾਨ ਇਹਦਾ ਵੀ ਤਾਂ ਜਵਾਬ ਦੇ ਦੇਣਾ। ਸੋ ਭਗਵੰਤ ਮਾਨ ਤਾਂ ਜਿਵੇਂ ਮੈਂ ਕਿਹਾ, ਇਹ ਝੂਠ ਦਾ ਵਪਾਰੀ ਵਪਾਰ ਕਰਦਾ ਹੈ, ਇਹਦੇ ਮੂੰਹ ਤੋਂ ਜਿਹੜਾ ਨਿਕਲਦਾ ਹੈ ਝੂਠ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਹਾਂ, ਜਿਹੜਾ ਇਹ ਬੋਲਦਾ ਹੈ ਬਸ ਉਹਨੂੰ ਇੱਕ ਕੰਨ ਤੋਂ ਕੱਢ ਕੇ ਦੂਜੇ ਤੋਂ ਕੱਢ ਦਿਓ, ਕਿਉਂਕਿ ਇਹਨੇ ਸੱਚ ਤਾਂ ਅੱਜ ਤਾਈਂ ਬੋਲਿਆ ਨਹੀਂ ਕਿਸੇ ਗੱਲ, ਗੱਪਾਂ ਹੀ ਆਉਂਦੀਆਂ ਨੇ। ਸੋ ਇਹ ਜੇ ਉਹਨੇ ਕੀਤਾ ਤਾਂ ਫਿਰ 7-2.5 ਸਾਲ ਇਹਦੀ ਸਰਕਾਰ ਦੀ ਹੋ ਗਈ, 5 ਸਾਲ ਪਹਿਲੇ ਇਹਦੀ ਭਾਈਵਾਲੀ ਦੀ ਸਰਕਾਰ ਸੀਗੀ, ਫਿਰ ਫੜ ਕੇ ਬੰਦ ਕਰਨਾ ਸੀ ਤਾਂ ਨਸ਼ੇ ਬੰਦ ਕਰਦੇ, ਕਿਉਂ ਨਹੀਂ ਕੀਤਾ? ਇਹ ਤਾਂ ਇਹਨਾਂ ਨੂੰ ਜਵਾਬ ਦੇਣਾ ਪਊਗਾ। ਅਤੇ ਪੰਜਾਬ ਦੇ ਲੋਕਾਂ ਨੂੰ ਮੈਂ ਹਰ ਪਿੰਡ 'ਚ ਮੈਂ ਜਾ ਕੇ ਪੁੱਛਦੀ ਹਾਂ ਕਿ 10 ਸਾਲ ਪਹਿਲੇ ਪੰਜਾਬ 'ਚ ਸਾਡੀ ਸਰਕਾਰ ਸੀ, ਦਿਲ 'ਤੇ ਹੱਥ ਰੱਖ ਕੇ ਸੱਚ ਸੱਚ ਦੱਸਣ
ਕਿ 10 ਸਾਲ ਪਹਿਲੇ ਉਹਨਾਂ ਦੇ ਪਿੰਡਾਂ ਜਾਂ ਸ਼ਹਿਰਾਂ 'ਚ ਕਿਸੇ ਨੇ ਚਿੱਟੇ ਦਾ ਨਾਂ ਵੀ ਸੁਣਿਆ ਸੀ ਕਿ ਕੋਈ ਚਿੱਟੇ ਦਾ ਨਾਂ ਵੀ ਜਾਂਦਾ ਸੀ। ਹਕੀਕਤ ਆ ਸਾਰੇ ਤੁਹਾਨੂੰ 80% ਲੋਕ ਕਹਿਣਗੇ ਨਾ, ਕਿਉਂ ਨਹੀਂ ਸੀਗਾ? ਕਿਉਂਕਿ ਸਾਡੀ ਸਰਕਾਰ ਉਹ ਨਸ਼ਿਆਂ ਨੂੰ ਵੀ ਫੜਦੀ ਸੀ, ਨਸ਼ੇ ਵੇਚਣ ਵਾਲਿਆਂ ਨੂੰ ਵੀ ਫੜਦੀ ਸੀ, ਤਾਂ ਕਿ ਆਹ ਨਸ਼ਾ ਗਲੀ ਗਲੀ ਤਾਂ ਸਾਡੇ ਜਵਾਕਾਂ ਤਾਂ ਨਾ ਪਹੁੰਚੇ। ਇਸੇ ਕਰਕੇ ਪੁਰਾਣੀ ਸੁਰਖੀਆਂ ਜੇ ਤੁਸੀਂ ਕੱਢੋਗੇ, ਹਰ ਰੋਜ਼ ਦੀ ਖਬਰ ਸੀ ਅੱਜ ਇੰਨਾ ਕਿਲੋ ਨਸ਼ਾ ਫੜਿਆ ਗਿਆ, ਅੱਜ ਇੰਨੇ ਬੰਦੇ ਫੜੇ ਗਏ। ਮੈਨੂੰ ਲੱਗਦਾ ਪੂਰੇ ਸਟੈਟਿਸਟਿਕਸ ਵੀ ਜੇ ਤੁਸੀਂ ਕਰੋਗੇ ਨਾ, ਇਹ ਜਿਹੜੀ ਨਸ਼ਾ 'ਚ ਜਿਹੜੀ ਅਰੈਸਟ ਹੋਈ ਸੀ ਉਹ ਸ਼ਾਇਦ ਪੂਰੇ ਦੇਸ਼ 'ਚ ਸਭ ਤੋਂ ਵੱਧ ਪੰਜਾਬ 'ਚ ਹੋਈ ਸੀ ਸਾਡੇ ਟਾਈਮ 'ਚ। ਅਤੇ ਅੱਜ ਜੀ ਸੁਰਖੀਆਂ ਜੇ ਤੁਸੀਂ ਕੱਢੋਗੇ ਉਹ ਸਿਰਫ ਇਹ ਹੋਗਾ ਕਿ ਕਿੰਨੇ ਮਾਵਾਂ ਦੇ ਪੁੱਤ ਟੀਕੇ ਲਾ ਲਾ ਮਰ ਗਏ, ਇੱਕ ਮਰ ਗਏ, ਦੋ ਮਰ ਗਏ, ਫੜਨ ਦਾ ਤਾਂ ਕੋਈ ਹੈ ਹੀ ਨਹੀਂ। ਐਂਡ ਜੇ ਮੈਂ ਨਾ ਕਹਾਂ ਹੁਣ ਤਾਂ ਤੁਸੀਂ ਅੰਮ੍ਰਿਤਸਰ 'ਚ ਜਿਹੜੇ MLA ਸਾਹਿਬ ਝਾੜੂ ਦੇ ਨੇ, ਉਹ ਖੁਦ ਤੁਹਾਨੂੰ ਦੱਸ ਰਹੇ ਸਟੇਜ 'ਚ ਚੜ੍ਹ ਕੇ, ਆਪਦੇ ਮੰਤਰੀ ਨੂੰ ਹੀ ਦੱਸ ਰਹੇ ਸੀ ਨਾ ਕਿ ਮੇਰੇ ਹਲਕੇ 'ਚ ਆਪਣੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਵੇਚ ਲਈ ਤਾਂ ਪੈਸੇ ਰਾਘਵ ਛੱਡਾ ਨੂੰ ਜਾ ਰਹੇ ਨੇ, ਹੁਣ ਇਹ ਆਪ ਹੀ ਝਾੜੂ ਵਾਲੇ ਕਹਿ ਰਹੇ ਨੇ। ਇਸੇ ਤਰ੍ਹਾਂ ਉਹ ਕੁਲਬੀਰ ਜ਼ੀਰਾ ਕਾਂਗਰਸ ਦੇ ਵੇਲੇ ਕਹਿੰਦਾ ਸੀ ਕਿ ਆਪ ਹੀ ਸਾਰੇ ਰਲ ਮਿਲ ਕੇ, ਸੋ ਰਲ ਮਿਲ ਕੇ ਇਹਨਾਂ ਦੋਵਾਂ ਨੇ ਗਲੀ ਗਲੀ ਤਾਂ ਹੀ ਘਰ ਘਰ ਤਾਂ ਹੀ ਨਸ਼ੇ ਕਰਕੇ ਸਾਰੇ ਬੱਚਿਆਂ ਨੂੰ ਗੋਲੀਆਂ ਦੇ ਨਾਲ, ਮੈਂ ਕਹਿੰਦੀ ਜੀ ਕਾਂਗਰਸ ਨੇ 84 ਦੇ ਸਮੇਂ 'ਚ ਬੰਦੂਕ ਦੀ ਗੋਲੀਆਂ ਦੇ ਨਾਲ ਸਾਡੀ ਜਵਾਨੀ ਮਾਰੀ, ਅੱਜ ਇਹ ਝਾੜੂ ਨਸ਼ੇ ਦੀ ਗੋਲੀਆਂ ਦੇ ਨਾਲ ਸਾਡੀ ਜਵਾਨੀ ਮਾਰ ਰਹੀ ਹੈ। ਇਹ ਇਹਨਾਂ ਦੀ ਦੇਣ ਹੈ। ਅਤੇ ਇਹਨਾਂ ਨੂੰ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂਹਾਂ ਖਾਧੀਆਂ ਸੀ, ਜਿਨ੍ਹਾਂ ਨੇ ਗਰੰਟੀਆਂ ਦਿੱਤੀਆਂ ਸੀ ਕਿ 10 ਦਿਨਾਂ 'ਚ, ਇਹਨਾਂ ਨੂੰ ਜਵਾਬ ਤਾਂ ਦੇਣਾ ਹੀ ਪਊਗਾ। ਅਤੇ ਉਹ ਜਿਹੜੀ ਮਾਵਾਂ ਦੀ ਆਹ ਲੱਗੂਗੀ ਜਿਹੜੀ ਰੋਂਦੀਆਂ ਨੇ ਕਿਉਂਕਿ ਇਹ ਕੋਈ ਐਕਸ਼ਨ ਨਹੀਂ ਲੈ ਰਹੇ। ਐਂਡ ਮੈਂ ਤਾਂ ਕਹਿੰਦੀ ਜਿਵੇਂ ਮੈਂ ਤੁਹਾਨੂੰ ਕਿਹਾ, ਜਿਹੜਾ ਮੁੱਖ ਮੰਤਰੀ ਖਾਣ ਪੀਣ ਦਾ ਆਦੀ ਹੈ ਤਾਂ ਫਿਰ ਇਹਨੇ ਬੱਚਿਆਂ ਨੂੰ ਕੀ ਛੁਡਾਉਣਾ ਹੈ ਇਸ ਕੰਮ ਤੋਂ, ਕੀ ਵਧਾਉਣਾ ਹੈ? ਹੁਣ ਕੇਜਰੀਵਾਲ ਨੇ ਸ਼ਰਾਬ ਦੇ ਉੱਥੇ ਠੇਕੇ ਇੰਨੇ ਖੋਲਦੇ, ਜਿੱਥੇ ਇੱਕ ਸੀ ਉੱਥੇ 3 ਖੋਲਤੇ, ਬੀਬੀਆਂ ਦਾ ਠੇਕਾ ਅੱਡ ਖੋਲਤਾ ਕਿ ਬੀਬੀਆਂ ਵੀ ਨਾ ਪਿੱਛੇ ਰਹਿ ਜਾਣ। ਸੋ ਇਹਨੇ ਕੀ ਕਰਨਾ ਹੈਗਾ, ਇਹ ਤਾਂ ਆਪ ਇਹਨਾਂ ਚੀਜ਼ਾਂ ਦਾ ਆਦੀ ਹੈ। ਇੱਕ ਬਠਿੰਡੇ ਆ ਕੇ ਤੁਸੀਂ ਕਹੋਗੇ, ਕਿਉਂਕਿ ਸਵਾਲ ਤਾਂ ਫਿਰ ਮੁੱਖ ਮੰਤਰੀ ਉਹ ਤੁਹਾਡੇ 'ਤੇ ਦਾਗ ਦਿਆ, ਸਭ ਤੋਂ ਵੱਧ ਟਾਰਗੇਟ ਵੀ ਉਹ ਬਾਦਲਾਂ ਨੂੰ ਹੀ ਕਰਦੇ ਹੈਗੇ। ਹਾਂ, ਜਿਸ ਤੋਂ ਜ਼ਿਆਦਾ ਡਰ ਲੱਗਦਾ ਟਾਰਗੇਟ 'ਤੇ ਉਹ ਹੀ ਹੁੰਦਾ। ਹਾਂ, ਹੁਣ ਕਾਂਗਰਸ ਦੇ ਬਾਰੇ ਕਿਉਂ ਨਹੀਂ ਬੋਲਦਾ? ਤਾਂ ਉਹ ਇੱਕ ਗੱਲ ਕਹਿੰਦੇ ਆ, ਕਹਿੰਦੇ ਵੀ ਜਿਹੜਾ ਸੁੱਖ ਵਿਲਾਸ ਹੈ ਉਹ ਹੁਣ ਉੱਥੇ, ਮੈਂ ਕਹਿੰਦੇ ਢਾਉਣਾ ਨਹੀਂ, ਪਹਿਲਾਂ ਤਾਂ ਢਾਉਣ ਦਾ ਇਰਾਦਾ ਸੀ, ਹੁਣ ਉੱਥੇ ਸਕੂਲ ਬਣਾਉਣਾ ਅਤੇ ਪੰਜਾਬ ਦਾ ਪਹਿਲਾ, ਪੰਜਾਬ ਦਾ ਹੋਵੇਗਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਨਾਲ ਹੋਵੇਗਾ ਪੂਲ, ਅਤੇ ਤੁਸੀਂ ਇਹ 'ਤੇ ਕਹਿੰਦੇ ਹੋ, ਕਹਿੰਦੇ ਵੀ ਅਸੀਂ ਹੁਣ ਇਹ 'ਤੇ ਕਬਜ਼ਾ ਕਰ ਲੈਂਦੇ, ਕੌਣ ਰੋਕਦਾ? ਵੋਟਾਂ ਆਉਂਦੀਆਂ ਇਹ ਕਹਿੰਦੇ, ਮੈਂ ਤਾਂ ਕਹਿੰਦੀ ਆ ਲੈਣ ਦਿਓ ਜੇ ਸਰਕਾਰ ਬਦਲੂਗੀ ਅਤੇ ਸਤੌਜ ਦੇ ਮਾਸਟਰ ਮਹਿੰਦਰ ਦਾ ਮੁੰਡਾ ਜਿਹੜੀ ਉਹਦੀ ਮਾਤਾ ਕਹਿੰਦੀ ਸੀ ਮੈਨੂੰ ਪਤਾ ਕਿਵੇਂ ਪੜ੍ਹਾਇਆ ਲਿਖਾਇਆ, ਹੁਣ ਜਿਹੜੇ ਤਾਮ ਜਾਮ ਦੇ ਨਾਲ ਉਹ ਜੀ ਰਹੇ ਨੇ, ਜਦ ਉਹ ਸਾਹਮਣੇ ਆਊਗਾ ਤਾਂ ਪਤਾ ਲੱਗ ਜੂਗਾ ਇਹਦੇ ਬਾਰੇ। ਸੋ ਮੈਂ ਇਹਦੇ ਬਾਰੇ ਮੈਂ ਕੀ ਕਹਾਂ, ਇਹਦੀ ਤਾਂ ਬੇਟੀ ਇਹਦੇ ਬਾਰੇ ਬਹੁਤ ਕੁਛ ਕਹਿ ਜਾਂਦੀ ਹੈ, ਮੈਨੂੰ ਕੁਛ ਕਹਿਣ ਦੀ ਲੋੜ ਨਹੀਂ। ਜਿਹੜੇ ਬੰਦੇ ਦੀ ਆਪ ਦਾ ਪਰਿਵਾਰ ਉਹਦੇ ਬਾਰੇ ਕੀ ਕੁਛ ਕਹਿੰਦਾ ਹੈ, ਸੋ ਫਿਰ ਇਹਦਾ ਕਿਰਦਾਰ ਕੀ ਹੈ ਪਾਰਲੀਮੈਂਟ ਦੇ ਵਿੱਚ ਦੇਖ ਲਓ। ਅੱਜ ਵੀ ਮੈਨੂੰ ਯਾਦ ਆਉਂਦਾ ਇੱਕ ਉਹ ਬਾਦਲ ਸਾਹਿਬ ਜਿੱਥੇ ਅੱਜ ਵਿਰੋਧੀ ਵੀ ਉਹਨਾਂ ਦੀ ਸ਼ਲਾਘਾ ਕਰਦੇ ਅਤੇ ਸਲਾਮ ਕਰਦੇ ਕਿ ਇੱਕ ਪਰਸਨੈਲਿਟੀ ਸੀ, ਇੱਕ ਕਿਰਦਾਰ ਸੀਗਾ, ਇੱਕ ਜ਼ਬਾਨ ਸੀਗੀ ਅਤੇ ਇੱਕ ਸੂਬੇ ਦੀ ਇੱਜ਼ਤ ਸੀ। ਤੁਹਾਡੀ ਮੁੱਖ ਮੰਤਰੀ ਦੀ ਇੱਜ਼ਤ ਮਤਲਬ ਤੁਹਾਡੇ ਲੋਕਾਂ ਦੀ ਇੱਜ਼ਤ ਹੁੰਦੀ ਹੈ। ਜਿੱਥੇ ਮੈਂ ਵੀ ਜਦ ਪਾਰਲੀਮੈਂਟ ਵਿੱਚ ਗਈ, ਵੱਡੇ ਵੱਡੇ ਲੀਡਰ ਮੈਨੂੰ ਨਹੀਂ ਜਾਣਦੇ ਸੀ, ਲੇਕਿਨ ਜਦੋਂ ਸੁਣਦੇ ਸੀ ਕਿ ਮੈਂ ਬਾਦਲ ਸਾਹਿਬ ਦੀ ਪਰਿਵਾਰ ਦੀ ਮੈਂਬਰ, ਉਹ ਮੈਨੂੰ ਇੱਜ਼ਤ ਦੇ ਨਾਲ ਦੇਖਦੇ ਸੀ, ਇਹ ਉਹਨਾਂ ਦੀ ਕਮਾਈ ਹੋਈ ਇੱਜ਼ਤ ਸੀ। ਇੱਕ ਆਹ ਮੁੱਖ ਮੰਤਰੀ ਜਿਹੜਾ ਸ਼ਰਾਬ ਤੋਂ ਡੱਕਿਆ ਹੋਇਆ ਪਾਰਲੀਮੈਂਟ 'ਚ ਜਾਂਦਾ ਸੀ ਅਤੇ ਸਾਰੀ ਕਮੇਟੀ ਨੇ ਬੈਠ ਕੇ ਕਹੀ ਇਹਨੂੰ ਇੱਕ ਪੂਰੇ ਸੈਸ਼ਨ ਵਾਸਤੇ ਇਹਨੂੰ ਬਾਹਰ ਕੱਢਿਆ ਗਿਆ, ਕਿਉਂਕਿ ਇਹਨੇ ਪੂਰੇ ਪਾਰਲੀਮੈਂਟ ਦੀ ਸਿਕਿਉਰਿਟੀ ਦੀ ਧੱਜੀਆਂ ਉਡਾਦੀ ਰਿਕਾਰਡਿੰਗ ਕਰਕੇ। ਜਿਵੇਂ ਸਾਡਾ ਨੌਜਵਾਨ ਮੁੰਡਾ ਸਿੱਧੂ ਮੂਸੇਵਾਲਾ, ਉਹ ਮਰਵਾਨ ਕੌਣ ਜ਼ਿੰਮੇਵਾਰ ਹੈ? ਮੁੱਖ ਮੰਤਰੀ ਦੀ ਬੇਵਕੂਫੀ ਕੀ ਖਾ ਪੀ ਕਰਕੇ ਸਿਕਿਉਰਿਟੀ ਵਿਡਰੋ ਕਰਤੀ, ਉਹ ਔਨਲਾਈਨ ਸਾਰਾ ਉੱਥੇ ਸਾਰਾ ਪਾਤਾ ਸੋਸ਼ਲ ਮੀਡੀਆ 'ਚ, ਨਾਲ ਦੀ ਨਾਲ ਮੁੰਡੇ ਨੂੰ ਮਾਰਤਾ।
ਹੁਣ ਜਦ ਆਪਣੀ ਸਿਕਿਉਰਿਟੀ ਦੀ ਗੱਲ ਆਈ ਹੈ ਤਾਂ ਬੋਲ ਰਿਹਾ ਨਾ ਇਹ ਜੀ ਜਾ ਕੇ ਅਦਾਲਤ 'ਚ ਕਿ ਅਸੀਂ ਪਿੱਛੇ ਦੀ ਸੜਕ ਨਹੀਂ ਖੋਲ ਸਕਦੇ ਕਿਉਂਕਿ ਲੋਅ ਐਂਡ ਆਰਡਰ ਦਾ ਇੰਨਾ ਮਾੜਾ ਹਾਲ ਹੈ ਕਿ ਸਾਡੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਜਿਵੇਂ ਸਿੱਧੂ ਮੂਸੇਵਾਲੇ ਦੀ ਅਸੀਂ ਸਿਕਿਉਰਿਟੀ ਹਰਾਈ ਤਾਂ ਉਹ ਮਰਿਆ। ਹੁਣ ਜਿਹੜਾ ਪੰਜਾਬ ਕਹਿੰਦਾ ਸੀ ਉਹ ਮੂਸੇਵਾਲਾ ਦਾ ਪਰਿਵਾਰ ਕਹਿੰਦਾ ਸੀ, ਹੁਣ ਇਹਨਾਂ ਦੀ ਏ ਜੀ ਖੁਦ ਕਹਿ ਰਿਹਾ। ਸੋ ਇਹ ਮੁੱਖ ਮੰਤਰੀ ਕੀ ਬੋਲਦਾ ਇਹਦੀ ਤਾਂ ਨਾ ਇਹਦੀ ਕੋਈ ਇੱਜ਼ਤ ਹੈ ਮਰਿਆਦਾ ਪਤਾ ਹੈ, ਨਾ ਇਹਨੂੰ ਸੂਬਾ ਚਲਾਉਣਾ ਆਉਂਦਾ ਹੈ, ਮਤਲਬ ਕੋਈ ਤਜੁਰਬਾ ਹੀ ਨਹੀਂ ਹੈਗਾ ਇਹਨੂੰ, ਇਕੱਲੇ ਗੱਲਾਂ ਦਾ ਤਜੁਰਬਾ ਹੈ। ਗੱਲਾਂ ਮਾਰ ਮਾਰ ਕੇ ਮੁੱਖ ਮੰਤਰੀ ਸਟੇਜ ਤੋਂ ਮੁੱਖ ਮੰਤਰੀ ਦੀ ਕੁਰਸੀ 'ਚ ਬਹਿ ਗਿਆ। ਆਮ ਆਦਮੀਆਂ ਦੀ ਤਰ੍ਹਾਂ ਤੁਹਾਡੇ ਨੇੜੇ ਰਵਾਂਗਾ ਅਤੇ ਆਮ ਆਦਮੀ ਦੇ ਕੋਲ ਤਾਂ ਨੇੜੇ ਨਹੀਂ ਲੱਗਦਾ। ਮਰੀ ਹੋਈ ਮੁਰਗੀ, ਮਰੀ ਹੋਈ ਬੱਕਰੀ ਦਾ ਮੁਆਵਜ਼ਾ, ਆਹ ਲੋਕਾਂ ਦੇ ਪਸ਼ੂ ਡੰਗਰ ਮਰ ਗਏ, ਹੜ੍ਹਾਂ 'ਚ ਪੰਜਾਬ ਡੁੱਬ ਗਿਆ ਅਤੇ ਗਰਬੇ ਨਾਚ ਰਿਹਾ ਸੀ ਕਰਨਾਟਕਾ 'ਚ, ਅਤੇ ਆਹ ਹੁਣ ਕਣਕਾਂ ਦਾ ਨੁਕਸਾਨ ਹੋਇਆ ਹੈ ਅਤੇ ਹੋਰ ਕੇਜਰੀਵਾਲ 'ਚ ਧਰਨੇ ਨਾਲ। ਤੁਸੀਂ ਸੋਚੋ ਭ੍ਰਿਸ਼ਟਾਚਾਰ 'ਚ ਕੇਜਰੀਵਾਲ ਜੇਲ੍ਹ 'ਚ ਗਿਆ ਹੈ, ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਸਾਨੂੰ ਬਣਾਉਣੇ ਆ, ਸਕੂਲ ਅਤੇ ਹਸਪਤਾਲ ਮੰਤਰੀ ਸਮੇਤ ਜੇਲ੍ਹ 'ਚ ਬੈਠੇ ਨੇ, ਅਤੇ ਬੇਸ਼ਰਮੀ ਦੀ ਹੱਦ, ਕਹਿੰਦਾ ਮੈਂ ਅਜੇ ਵੀ ਕੁਰਸੀ ਨਹੀਂ ਛੱਡਾਂਗਾ, ਮੈਂ ਜੇਲ੍ਹ 'ਚੋਂ ਚਲਾਵਾਂਗਾ ਸਰਕਾਰ। ਅਤੇ ਸਾਡਾ ਮੁੱਖ ਮੰਤਰੀ ਜਿਹੜਾ ਸ਼ਹੀਦਾਂ ਦੀ ਗੱਲ ਕਰਦੇ, ਸ਼ਹੀਦਾਂ ਦੀ ਧਰਤੀ 'ਚ ਜਾ ਕੇ ਖਟਕੜ ਕਲਾਂ 'ਚ ਜਿਨ੍ਹਾਂ ਨੇ ਆਪਦੇ ਜਾਨਾਂ ਗਵਾਤੀਆਂ ਦੇਸ਼ ਵਾਸਤੇ, ਉਹ ਜਾ ਕੇ ਖਟਕੜ ਕਲਾਂ 'ਚ ਇਹ ਭ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਧਰਨੇ ਤਾਂ ਭੁੱਖ ਹੜਤਾਲ ਰੱਖ ਲਿਆ ਹੈ, ਤਾਂ ਬੇਸ਼ੱਕ ਇੰਨਾ ਬਦਲਾਵ ਤਾਂ ਮੈਨੂੰ ਲੱਗਦਾ ਬੰਦਾ ਕੋਈ ਪੰਜਾਬ ਦਾ ਸੋਚਿਆ ਹੀ ਨਹੀਂ ਸੀ ਕਿ ਇਹੋ ਜਿਹਾ ਬਦਲਾਵ ਆਊਗਾ, ਜਿਹੜਾ ਇਹਨੇ ਬਦਲਾਵ ਨੂੰ ਵੀ ਬੇਸ਼ਰਮ ਕਰਕੇ ਰੱਖਤਾ ਹੈ। ਬਦਲਾਵ ਨੂੰ ਵੀ ਤੁਸੀਂ ਕਹਿੰਦੇ, ਤੁਸੀਂ ਕਹਿੰਦੇ ਕਿ ਭਗਵੰਤ ਮਾਨ ਨੇ ਕੰਮ ਨਹੀਂ ਕੀਤੇ, ਉਹ ਤਾਂ ਕਹਿੰਦੇ ਆ ਕਿ ਦੇਖੋ ਜੀ 300 ਯੂਨਿਟ ਬਿਜਲੀ ਮਾਫ਼ ਕਰ ਦਿੱਤੀ ਮੈਂ, ਉਸ ਤੋਂ ਅੱਗੇ ਆ ਜਾਓ ਕਹਿੰਦੇ ਸਕੂਲ ਆਫ ਐਮੀਨੈਂਸ ਬਣਾ ਦਿੱਤੇ। ਆਪਾਂ ਇੱਕ ਇੱਕ ਕਰਕੇ ਚੱਲਦੇ ਹਾਂ ਨਾ, ਤੁਸੀਂ ਸਾਰੇ ਇਕੱਠੇ ਇੱਕ ਇੱਕ ਕਰਕੇ ਬੋਲੀ ਚੱਲੋ, ਇੱਕ ਇੱਕ ਕਰਕੇ 300 ਯੂਨਿਟ ਬਿਜਲੀ, 300 ਬਿਜਲੀ ਤੋਂ 200 ਯੂਨਿਟ ਤਾਂ ਅਸੀਂ ਕਰਦੇ ਸੀ, ਹਰ ਵਰਗ ਨੂੰ ਕਰਤੀ। ਇੱਕ ਮਿੰਟ, ਜੇ ਇਹਨੇ ਕੀਤੀ ਹੈ ਤਾਂ ਉਹ 6000 ਮੈਗਾਵਾਟ ਤੋਂ 12000 ਮੈਗਾਵਾਟ ਬਿਜਲੀ ਦੀ ਪੈਦਾਵਾਰ 10 ਸਾਲਾਂ 'ਚ ਡਬਲ ਕਿਹਨੇ ਕੀਤੀ? ਅੱਜ ਜੇ ਇਹ ਮਾਫ਼ ਕਰ ਰਿਹਾ ਹੈ, ਦੇਣ ਤਾਂ ਸਾਡੀ ਹੈ ਨਾ, ਨੀਂਵ ਤਾਂ ਅਸੀਂ ਬਣਾ ਕੇ ਗਏ, ਜੇ ਅਸੀਂ ਬਣਾਇਆ ਨਹੀਂ ਹੁੰਦਾ ਕਿੱਥੋਂ ਕਰਦਾ? ਸੋ ਪਹਿਲੀ ਗੱਲ, ਉਹ ਕ੍ਰੈਡਿਟ ਵੀ ਅਕਾਲੀ ਦਲ ਨੂੰ, ਇਹ ਤਾਂ ਕਰੇ ਕਰਨ ਵਾਲਾ ਬਣਾ, ਇਹਨੇ 1 ਮੈਗਾਵਾਟ ਯੂਨਿਟ ਨਾ ਕਾਂਗਰਸ ਨੇ ਨਾ ਇਹਨਾਂ ਨੇ, ਜਿੱਥੇ ਅੱਛੇ 6000 ਮੈਗਾਵਾਟ ਜੇ ਪਤਾ ਅੱਜ ਲੋਕਾਂ ਦੇ ਪੱਖੇ ਜੇ ਚੱਲਦੇ ਨੇ, ਇਹ ਅਕਾਲੀ ਦਲ ਦੀ ਦੇਣ ਹੈ। ਨਹੀਂ ਤਾਂ ਇਹਨਾਂ ਦੋਵਾਂ 'ਤੇ ਤਾਂ ਅੱਜ ਬਿਜਲੀ ਦੇ ਕੱਟ ਪਹਿਲੇ 10 ਘੰਟੇ ਦੇ ਹੁੰਦੇ ਸੀ ਕੈਪਟਨ ਦੇ ਟਾਈਮ ਜਦ ਆਪਾਂ ਸ਼ੁਰੂ ਕੀਤਾ, ਅੱਜ ਤਾਂ ਮੈਨੂੰ ਲੱਗਦਾ 24 ਘੰਟੇ ਦੇ ਹੁੰਦੇ। ਸੋ ਪਹਿਲੀ ਗੱਲ ਤਾਂ ਇਹਦੀ ਬਿਜਲੀ ਦੀ ਜਿਹੜੀ ਹੈ, ਤਾਂ ਦੂਜੀ ਗੱਲ ਜ਼ੀਰੋ ਬਿੱਲ ਤਾਂ ਪਿੰਡਾਂ 'ਚ ਜਾ ਕੇ ਦੇਖੋ, ਜਿੱਥੇ ਗਰੀਬ ਰੋਂਦੇ ਨੇ ਉਹਨਾਂ ਵਿਚਾਰਿਆਂ ਦੇ ਤਾਂ ਮੀਟਰ ਵੀ ਪੱਟ ਕੇ ਲੈ ਜਾਂਦੇ ਨੇ। ਸੋ ਦੂਜਾ ਤੁਸੀਂ ਸਕੂਲ ਆਫ ਐਮੀਨੈਂਸ, ਹਾਂ, ਸੋ ਹੁਣ ਸਾਡੇ ਸਕੂਲਾਂ ਦੇ ਉੱਤੇ ਮੈਰੀਟੋਰੀਅਸ ਸਕੂਲ ਜਾ ਕੇ ਦੇਖੋ, ਇਹਨੂੰ ਆਪਾਂ ਮੈਰਿਟ ਕਹਿੰਦੇ ਹਾਂ ਕਿ ਇਹਦੀ ਸਕੂਲ ਆਫ ਐਮੀਨੈਂਸ ਰੰਗ ਕਰਤਾ ਅਤੇ ਐਮੀਨੈਂਸ, ਤਾਂ ਬੱਚੇ ਦੱਸੋ ਉਹਦੇ ਵਿੱਚ ਅੱਜ ਸਕੂਲ ਆਫ ਐਮੀਨੈਂਸ 'ਚ ਨਾ ਤਨਖਾਹਾਂ ਜਾ ਰਹੀਆਂ ਨੇ, ਨਾ ਉਹਦੇ ਬੱਚਿਆਂ ਦੀ ਪੜ੍ਹਾਈ ਸਹੀ। ਇਹ ਸਕੂਲ ਜਿਹੜੇ 6 ਮੈਰੀਟੋਰੀਅਸ ਸਕੂਲ ਆ ਮੇਰੇ ਮਾਨਸ ਬਠਿੰਡੇ ਵਾਲੇ ਮੈਰੀਟੋਰੀਅਸ ਸਕੂਲ ਜਾ ਕੇ ਦੇਖੋ, 24 ਬੱਚਿਆਂ ਨੇ ਪੰਜਾਬ ਨੂੰ ਟੌਪ ਕੀਤਾ, ਅਤੇ ਉਹ ਜਿਹੜੀ ਸੈਂਟਰਲ ਐਗਜ਼ਾਮੀਨੇਸ਼ਨਸ ਹੁੰਦੀਆਂ ਨੇ ਇੰਜੀਨੀਅਰਿੰਗ ਵਾਸਤੇ, IIT JEE ਮੇਨਸ, ਉਹਦੇ ਵਿੱਚ ਵੀ ਮੇਰਾ ਖਿਆਲ 4-6 ਬੱਚੇ ਉਹਦੇ ਵਿੱਚ ਸਿਲੈਕਟ ਹੋਏ ਨੇ। ਹੁਣ ਜਿਹੜੇ ਬੱਚੇ ਜਿਹਦਾ ਪਿਓ ਮਜ਼ਦੂਰੀ ਕਰਦਾ ਹੈ ਜਾਂ ਜਿਹਦੀ ਮਾਂ ਗੋਹਾ ਸਿੱਟ ਕੇ ਉਹਨੂੰ ਪੜ੍ਹਾਇਆ ਹੈ, ਜਦ ਇਹ ਬੱਚੇ IIT ਵਿੱਚ ਜਾਣਗੇ ਇੰਜੀਨੀਅਰ ਬਣਨਗੇ, ਤੁਸੀਂ ਸੋਚੋ ਉਹਨਾਂ ਦਾ ਭਵਿੱਖ ਕਿਵੇਂ ਬਦਲ ਜਾਊਗਾ। ਇਹ ਹੈਗੀ ਬਾਦਲ ਸਾਹਿਬ ਦੀ ਦੇਣ। ਹੁਣ ਸਕੂਲ ਮੈਰੀਟੋਰੀਅਸ ਸਕੂਲ ਦਾ ਨਾਂ ਬਦਲ ਦਿਉ, ਰੰਗ ਕਰਕੇ ਸਕੂਲ ਆਫ ਐਮੀਨੈਂਸ ਕਰ ਦਿਉ, ਜਾਂ ਸਾਡੇ ਸੇਵਾ ਕੇਂਦਰ ਦੇ ਉੱਤੇ ਤੁਸੀਂ 25 ਲੱਖ ਰੁਪਏ ਦਾ ਘਪਲਾ ਕਰਕੇ 2 ਲੱਖ ਦਾ ਪੇਂਟ ਲਾ ਕੇ ਉਹਨੂੰ ਮੁਹੱਲਾ ਕਲੀਨਿਕ ਕਹਿ ਦਿਓ, ਜਿਹਦੇ ਵਿੱਚ ਪੈਰਾਸੀਟਾਮੋਲ ਦੀ ਦਵਾਈ ਮਿਲਦੀ ਹੈ ਅਤੇ ਹੋਰ ਕੁਝ ਹੁੰਦਾ ਨਹੀਂ ਹੈ। ਜੇ ਬਣਾਉਣਾ ਤਾਂ ਏਮਜ਼ ਜਾ ਕੇ ਹਸਪਤਾਲ ਤੋਂ ਬਣਾ, ਤਾਂ ਕਿ ਲੋਕ ਤੈਨੂੰ ਯਾਦ ਰੱਖਣ। ਸੋ ਇਹ ਸਰਕਾਰ, ਜਿਵੇਂ ਮੈਂ ਕਿਹਾ, ਮੈਨੂੰ ਲੱਗਦਾ ਇਹ ਕੁਛ ਹੀ ਦਿਨਾਂ 'ਚ ਇਹ ਭਾਜਪਾ ਦੇ ਖਾਤੇ 'ਚ ਲੋਕ ਸਟੋਕ ਐਂਡ ਬੈਰਲ ਜਾ ਕੇ ਇਹਨੇ ਭਾਜਪਾ ਦੀ ਸਰਕਾਰ ਇੱਥੇ ਕਾਇਮ ਕਰ ਦੇਣੀ, ਆਪਦੀ ਕੁਰਸੀ ਦੀ ਖਾਤੇ, ਜਿੱਥੇ ਪੰਜਾਬ ਨੂੰ ਕਰਜ਼ਾਈ ਕਰ ਛੱਡਿਆ 2.5 ਸਾਲਾਂ 'ਚ 80
ਹਜ਼ਾਰ ਕਰੋੜ ਇੱਕ ਲੱਖ 80,000 ਕਰੋੜ ਦਾ ਕਰਜ਼ਾ 7 ਸਾਲਾਂ 'ਚ ਕਾਂਗਰਸ ਅਤੇ ਇਹਨਾਂ ਨੇ ਮਿਲ ਕੇ ਚੜ੍ਹਾਤਾ, ਜਿਹਦੇ ਵਿੱਚੋਂ 80,000 ਤਾਂ ਇਕੱਲੇ ਇਹਨੇ ਚੜ੍ਹਾਤਾ 2.5 ਸਾਲਾਂ 'ਚ। ਇਸ 80,000 ਦੇ ਨਾਲ ਸਾਰੀ ਸਹੂਲਤਾਂ ਬੰਦ, ਸਾਰੇ ਵਿਕਾਸ ਬੰਦ, ਇੱਕ ਗ੍ਰਾਂਟ ਦੀ ਦੁਆਨੀ ਨਾ ਸ਼ਹਿਰ 'ਚ, ਜਿਹਦਾ ਸੀਵਰ ਅਸੀਂ ਲਾ ਕੇ ਗਏ ਸੀ 5 ਸਾਲਾਂ 'ਚ ਸਫਾਈ ਤੱਕ ਨਹੀਂ, ਉਹ ਸਾਰੇ ਸ਼ਹਿਰਾਂ 'ਚ ਧਰਨੇ ਲੱਗ ਰਹੇ ਨੇ। ਇਹ 80,000 ਕਰੋੜ ਗਏ ਕਿੱਥੇ? ਆਪ ਦੀ ਕੁਰਸੀ ਦੀ ਖਾਤਰ, ਕੇਜਰੀਵਾਲ ਨੂੰ ਚਮਕਾਉਣ ਵਾਸਤੇ ਸਾਰੇ ਉਡਾਤੇ ਦੇਸ਼ 'ਚ। ਇਹ ਇਹਦੀ ਦੇਣ ਹੈ, ਇਹ ਤਾਂ ਹਿਸਟਰੀ ਇਤਿਹਾਸ ਇਹਨੂੰ ਯਾਦ ਰੱਖੂਗਾ, ਸਭ ਤੋਂ ਨਿਕੰਮਾ ਮੁੱਖ ਮੰਤਰੀ। ਅਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਕਿ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਇਹਦਾ ਹਾਲ ਕਰਨਾ ਨਾ, ਤਾਂ ਹੀ ਤਾਂ ਇਹ ਲੋਕਾਂ ਦੇ ਨੇੜੇ ਨਹੀਂ ਚੜ੍ਹਦਾ ਅਤੇ ਆਉਂਦਾ ਵੀ ਹੈ ਤਾਂ ਉਹ ਟਰੱਕ ਦੇ ਉਹ ਉੱਥੇ ਚੜ੍ਹ ਕੇ, ਤਾਂ ਕਿ ਕੋਈ ਨੇੜੇ ਤੇੜੇ ਇੰਨੀ ਪੁਲਿਸ ਦੀ ਫੌਜ ਬਠਿੰਡੇ ਆਇਆ ਸੀ, ਮੈਨੂੰ ਲੱਗਦਾ ਇੰਨੀ ਫੌਜ ਇੱਥੇ, ਇੰਨੀ ਫੌਜ 4 ਜ਼ਿਲ੍ਹਿਆਂ ਦੀ ਪੁਲਿਸ ਤਾਂ ਆਸ ਪਾਸ ਸੀ, ਅਤੇ ਬਸ ਕਹਿੰਦਾ ਤੁਸੀਂ ਮੇਰੇ ਉੱਤੇ ਫੁੱਲ ਸਿੱਟ ਰਹੇ ਹੋ, ਤਾਂ ਫੁੱਲ ਸਿੱਟਣ ਵਾਲਾ ਇੱਕ ਵੀ ਉੱਥੇ ਨਹੀਂ ਸੀ, ਕਿ ਕਾਲੀ ਝੰਡੀਆਂ ਦਿਖਾ ਕੇ ਲੋਕਾਂ ਨੇ ਮੁਰਦਾਬਾਦੇ ਦੀ ਕੀਤੀ, ਅਤੇ ਲੋਕਾਂ ਦੇ ਨੇੜੇ ਮੈਂ ਇਹਨੂੰ ਚੈਲੰਜ ਮੈਂ ਕਈ ਵਾਰੀ ਕੀਤਾ ਹੈ, 1 ਘੰਟੇ ਵਾਸਤੇ ਤੂੰ ਆਪਣੀ ਸਿਕਿਉਰਿਟੀ ਦੀ ਬਿਨਾਂ ਆਮ ਕਿਸੇ ਬਾਜ਼ਾਰ 'ਚ ਵੜ ਕੇ ਦੇਖ ਲਓ ਕੀ ਤੇਰਾ ਹਾਲ ਕੀ ਕਰਨਗੇ। ਅੱਛਾ ਇੱਕ ਗੱਲ ਹੈ ਜੀ, ਮਤਲਬ ਤੁਹਾਡਾ ਸਮਾਂ ਵੀ ਹੋ ਰਿਹਾ, ਮੈਂ ਸਿਰਫ 2 ਸਵਾਲ ਰਹੇ, ਇੱਕ ਤਾਂ ਮਤਲਬ ਬੇਅਦਬੀ ਦਾ ਸਵਾਲ, ਮੇਰਾ ਬੇਅਦਬੀ ਅਤੇ ਲਗਾਤਾਰ ਅਕਾਲੀਆਂ ਨਾਲ ਸਵਾਲ ਜੁੜਦਾ, ਕਿਉਂਕਿ ਉਹ ਤੁਹਾਡੇ ਰਾਜ 'ਚ ਹੋਈ ਹੈ ਅਤੇ ਉਹ ਕਹਿੰਦੇ ਆ ਕਿ ਇਹ ਦੂਜੀਆਂ ਸਰਕਾਰਾਂ ਹਮੇਸ਼ਾ ਹੀ ਕਹਿੰਦੀਆਂ ਨਹੀਂ ਕਿ ਤੁਸੀਂ ਕਰਵਾਈ ਹੈ, ਅਕਾਲੀ ਦਲ ਦੇ ਰਾਜ 'ਚ ਹੋਈ ਹੈ, ਸਾਰਾ ਇਹਨਾਂ ਦੇ ਕਹਿਣ 'ਤੇ ਹੋਈ ਹੈ, ਤੁਹਾਡਾ ਇਹ 'ਤੇ ਕੀ ਜਵਾਬ? ਸੋ ਜਿਨ੍ਹਾਂ ਨੇ ਬੇਅਦਬੀ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ, ਸਿਆਸੀ ਰੋਟੀਆਂ ਸੇਕ ਕੇ ਸੱਤਾ ਦਾ ਲਹਾ ਲਿੱਤਾ ਅਤੇ ਲੋਕਾਂ ਨੂੰ ਕਿਹਾ ਕਿ ਅਕਾਲੀ ਦਲ ਨੇ ਕਰਵਾਈਏ, ਇਹਨਾਂ ਨੂੰ ਕੱਢੋ, ਅਸੀਂ ਦੋਸ਼ੀ ਫੜਾਂਗੇ ਅਤੇ ਤੁਹਾਡੇ ਸਾਹਮਣੇ ਉਹਨਾਂ ਨੂੰ ਸਜ਼ਾ ਦਿਲਾਵਾਂਗੇ। ਜੀ ਅੱਜ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਜਦ ਤੁਹਾਡੇ ਕੋਲ ਆਉਂਦੇ ਨੇ ਨਾ, 7.5 ਸਾਲ ਹੋ ਗਏ, 5 ਸਾਲ ਕਾਂਗਰਸ ਅਤੇ 2.5 ਸਾਲ ਇਹਨਾਂ ਨੇ ਲਹਾ ਲਿੱਤਾ, ਬੇਅਦਬੀ ਦਾ ਮੁੱਦਾ ਪਕਾ ਕੇ ਸਿਆਸੀ ਇਸ ਧਾਰਮਿਕ ਚੀਜ਼ ਨੂੰ ਜਾਂ ਹਰੇਕ ਸਿੱਖ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਚੀਜ਼ ਨੂੰ ਇਹਨਾਂ ਨੇ ਸਿਆਸੀ ਰੰਗਤ ਦੇ ਕੇ ਇਹਨਾਂ ਦੋਵਾਂ ਨੇ ਆਪਦੀ ਕੁਰਸੀਆਂ ਪਾਈਆਂ ਨੇ। ਹੁਣ ਸਮਾਂ ਆ ਗਿਆ ਕਿ ਤੁਸੀਂ ਇਹਨਾਂ ਨੂੰ ਪੁੱਛੋ ਕਿ 7.5 ਸਾਲਾਂ 'ਚ ਕਿਹੜੇ ਬੇਅਦਬੀ ਦੇ ਦੋਸ਼ੀ ਨੂੰ ਫੜਿਆ ਹੈ, ਕਿਹਨੂੰ ਸਜ਼ਾ ਦਿਲਵਾਈ ਹੈ ਅਤੇ ਕਿਉਂ ਨਹੀਂ ਦਿਲਵਾਈ? ਕਿਉਂਕਿ ਸਾਨੂੰ ਤਾਂ ਇਹਨਾਂ ਨੇ 7.5 ਮਹੀਨੇ ਤੱਕ ਨਹੀਂ ਦਿੱਤੇ ਵੀ ਤੁਹਾਡੇ ਉੱਤੇ ਤਾਂ ਵਿਸ਼ਵਾਸ ਨਹੀਂ ਹੈ, ਜਾਂਚ ਦਿੱਲੀ ਨੂੰ ਦਿਓ। ਪੂਰਾ ਪੰਜਾਬ ਜਾਮ ਕਰ ਛੱਡਿਆ, ਜਾਂਚ ਦਿੱਲੀ ਨੂੰ ਦਿਓ। ਅਤੇ ਜਦ ਇਹਨਾਂ ਦੀ ਸਰਕਾਰ ਆ ਗਈ 1.5 ਸਾਲ ਬਾਅਦ, ਤਾਂ ਫਿਰ ਦਿੱਲੀ ਦੀ ਲੋੜ ਨਹੀਂ, ਅਸੀਂ ਖੁਦ ਜਾਂਚ ਕਰਾਂਗੇ। ਅਤੇ ਫਿਰ ਉਹ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਤਾਂ ਹਾਈਕੋਰਟ ਨੇ ਹੀ ਦੱਸਤਾ, ਚੱਕ ਕੇ ਮੂੰਹ 'ਚ ਮਾਰਿਆ, ਬਾਹਰ ਸਿੱਟਿਆ ਕਿ ਸਿਆਸਤ ਤੋਂ ਪ੍ਰੇਰਿਤ ਹੈਗੀ। ਅਤੇ 5 ਸਾਲ ਕਾਂਗਰਸ ਪਾਰਟੀ ਨੇ ਜਾਂਚ ਕੀਤੀ, ਉਸ ਜਾਂਚ ਦੀ ਰਿਪੋਰਟ ਨੂੰ ਇਹ ਭਗਵੰਤ ਮਾਨ ਨੇ ਅਦਾਲਤ ਵਿੱਚ ਪੇਸ਼ ਕੀਤੀ। 2 ਸਾਲ ਹੋ ਗਏ ਕਿ ਇਹ ਬੇਅਦਬੀ ਦੇ ਕੇਸ ਅਦਾਲਤਾਂ 'ਚ ਚੱਲ ਰਹੇ ਨੇ, ਕਿ ਉਹ ਕਿਸੇ ਨੂੰ ਆ ਕੇ ਦੱਸਦੇ ਨੇ ਕਿ ਉਹਨਾਂ ਵਿੱਚ ਜਾਂਚ ਅਸੀਂ ਕੀਤੀ ਆਪ, ਲੇਕਿਨ ਨਾ ਉਹਦੇ ਵਿੱਚ ਕੋਈ ਅਕਾਲੀ ਲੀਡਰ ਦਾ ਨਾ, ਨਾ ਅਕਾਲੀ ਵਰਕਰ ਦਾ, ਨਾ ਨਾ ਅਕਾਲੀ ਦਲ ਦਾ ਲੈਣਾ ਦੇਣਾ। ਬਲਕਿ ਇਹ ਵੀ ਨਹੀਂ ਦੱਸਦੇ ਨੇ ਕਿ 2 ਸਾਲਾਂ ਤੋਂ ਜਾਣ ਬੁੱਝ ਕੇ ਅਸੀਂ ਉਹਨਾਂ ਕੇਸਾਂ ਨੂੰ ਇੰਨਾ ਕਮਜ਼ੋਰ ਤਰੀਕੇ ਦੇ ਨਾਲ ਰਿਪ੍ਰਜੈਂਟ ਕੀਤਾ ਕਿ ਦੋਸ਼ੀ ਇੱਕ ਕਰਕੇ ਆਪ ਦਾ ਕੇਸ ਪੰਜਾਬ ਤੋਂ ਬਾਹਰ ਲੈ ਗਏ ਨੇ, ਅਤੇ ਬਾਹਰ ਲਿਜਾ ਕੇ ਕਿਸੇ ਨੂੰ ਬੇਲ ਮਿਲ ਰਹੀ ਹੈ, ਕਿਸੇ ਨੂੰ ਪਰੋਲ ਮਿਲ ਰਹੀ ਹੈ, ਤਾਂ ਕੋਈ ਵਿਦੇਸ਼ ਭੱਜ ਰਿਹਾ ਹੈਗਾ? ਕਿਉਂ? ਕਿਉਂਕਿ ਇਹਨਾਂ ਦਾ ਨਿਸ਼ਾਨਾ ਕਦੇ ਬੇਅਦਬੀ ਦੇ ਕੇਸਾਂ ਨੂੰ ਹੱਲ ਕਰਨ ਦਾ ਸੀਗਾ ਹੀ ਨਹੀਂ, ਕਿਉਂਕਿ ਜਿਸ ਦਿਨ ਇਹ ਹੱਲ ਹੋ ਜਾਣਗੇ ਅਕਾਲੀ ਦਲ ਬੇਕਸੂਰ ਸਾਬਿਤ ਹੋ ਜੂਗਾ। ਅਤੇ ਜੇ ਅਕਾਲੀ ਦਲ ਬੇਕਸੂਰ ਸਾਬਿਤ ਹੀ ਹੋ ਗਿਆ, ਤਾਂ ਫਿਰ ਹਰ ਇਲੈਕਸ਼ਨ 'ਚ ਆ ਕੇ ਅਕਾਲੀ ਦਲ ਨੂੰ ਭੰਡ ਕੇ ਇਹ ਆਪ ਦੀ ਕੁਰਸੀ ਤਾਂ ਇਹ ਦੋਵੇਂ ਕਿਵੇਂ ਪਹੁੰਚਣਗੇ? ਇਹ ਉਹਨਾਂ ਦੀ ਗੰਦੀ ਸਿਆਸਤ ਹੈ ਜਿਨ੍ਹਾਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1 ਜੂਨ ਨੂੰ ਜਦ ਲੋਕ ਵੋਟ ਪਾਉਣਗੇ, ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਟੈਂਕਾਂ ਤੋਪਾਂ ਚਾੜ ਕੇ ਢਹਿਟੇਰੀ ਕਰਕੇ, ਹਜ਼ਾਰਾਂ ਗੁਰੂ ਗ੍ਰੰਥ ਸਾਹਿਬ 'ਚ ਅੱਜ ਵੀ ਗੋਲੀਆਂ ਦਰਜ ਨੇ, ਇਹ ਬੇਅਦਬੀ ਦੀ ਗੱਲ ਕਰਦੇ ਨੇ? ਅਤੇ ਇਹਨਾਂ ਦੇ ਰਾਜ 'ਚ 7 ਸਾਲਾਂ 'ਚ ਕਿੰਨੇ ਸੈਂਕੜੋ ਬੇਅਦਬੀਆਂ ਹੋਈਆਂ ਨੇ?
ਮੈਂ ਭਗਵੰਤ ਮਾਨ ਤੋਂ ਜਵਾਬ ਮੰਗਦੀ, ਜਿਹੜਾ ਕਹਿੰਦਾ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਇੱਕ ਗੋਲੀ ਨਹੀਂ ਚੱਲ ਸਕਦੀ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ 'ਚ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਗੁਰਪੁਰਬ ਨੂੰ ਨਿਮਿਤ ਅਖੰਡ ਪਾਠ ਸਾਹਿਬ ਚੱਲ ਰਹੇ ਸੀ, ਅਤੇ ਅੰਮ੍ਰਿਤ ਵੇਲੇ 4 ਜ਼ਿਲ੍ਹਿਆਂ ਦੀ ਪੁਲਿਸ ਬੰਦੂਕ ਸਮੇਤ ਗੁਰੂ ਘਰ 'ਚ ਅੰਦਰ ਵੜੀ ਲੋਕਾਂ ਦੀ ਅੱਖਾਂ ਦੇ ਸਾਹਮਣੇ, ਅਤੇ ਜਿੰਨੀਆਂ ਗੋਲੀਆਂ ਚੱਲੀਆਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਖੰਡਿਤ ਹੋ ਗਏ, ਬੰਦਾ ਸ਼ਹੀਦ ਹੋ ਗਿਆ, ਅਤੇ ਅੱਜ 6 ਮਹੀਨੇ ਹੋਣ ਨੂੰ ਆਏ ਨੇ, ਇੱਕ ਬੰਦਾ ਤੱਕ ਸਸਪੈਂਡ ਨਹੀਂ ਹੋਇਆ ਕਿ ਪੰਜਾਬ ਦੀ ਧਰਤੀ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੰਦੂਕ ਬੂਟਾ ਸਮੇਤ ਪੁਲਿਸ ਗਈ ਕਿਵੇਂ, ਅਤੇ ਇੰਨੀ ਗੋਲੀਆਂ ਚਲਾਉਣ ਦੇ ਆਰਡਰ ਕਿਹਨੇ ਦਿੱਤੇ? ਅਤੇ ਜਿਹੜਾ ਕਹਿੰਦਾ ਸੀ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਇੱਕ ਗੋਲੀ ਨਹੀਂ ਚੱਲ ਸਕਦੀ, ਫਿਰ ਇੰਨੀ ਗੋਲੀਆਂ ਤਾਂ ਲੋਕਾਂ ਨੇ ਦੇਖੀਆਂ ਵੀਡੀਓ 'ਚ, ਫਿਰ ਇਹ ਉਹਦਾ ਜਵਾਬ ਇਹ ਬੇਅਦਬੀ ਨੂੰ ਨਹੀਂ ਦਿੱਸੀ? ਅਤੇ ਮੈਂ ਉਹਨਾਂ ਨੂੰ ਵੀ ਪੁੱਛਦੀ ਹਾਂ ਜਿਨ੍ਹਾਂ ਨੇ ਸਰਕਾਰੀ ਬਾਬਿਆਂ ਨੂੰ ਜਾਂ ਦੂਜਿਆਂ ਨੂੰ ਜਿਨ੍ਹਾਂ ਨੇ ਧਰਨੇ ਲਾਏ, ਕਿ ਜਦ ਆਹ ਬੇਅਦਬੀ ਹੋਈ ਤਾਂ ਫਿਰ ਇੱਕ ਵੀ ਧਰਨਾ ਨਹੀਂ ਲੱਗਿਆ ਪੰਜਾਬ 'ਚ, ਇੱਕ ਆਵਾਜ਼ ਤੱਕ ਨਹੀਂ ਉੱਠੀ ਅੱਜ ਤਾਈਂ? ਉਹ ਕਿੱਥੇ ਨੇ ਜਿਹੜੇ ਸਾਡੇ ਵਾਸਤੇ ਤਾਂ 3-3 ਸਾਲ ਧਰਨੇ ਲੱਗਦੇ ਸੀਗੇ? ਸੋ ਇਹ ਲੋਕਾਂ ਨੂੰ, ਲੋਕ ਹੁਣ ਸਮਝ ਗਏ ਨੇ ਇਹਨਾਂ ਦੀ ਇਹ ਗੰਦੀਆਂ ਚਾਲਾਂ ਹੁਣ ਹੋਰ ਨਹੀਂ ਚੱਲਣਗੀਆਂ। ਸਾਡੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ, ਮੀਰੀ ਪੀਰੀ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਹੈ। ਗੁਰੂ ਤੋਂ ਡਰ ਕੇ ਅਸੀਂ ਕੰਮ ਕਰਦੇ ਹਾਂ, ਹਾਂ ਕੰਮ ਕਰਦੇ ਹੋਏ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ। ਜਿਹੜਾ ਬੰਦਾ ਕੈਪਟਨ ਦੀ ਤਰ੍ਹਾਂ ਫਾਰਮ ਹਾਊਸ ਤੋਂ ਬਾਹਰ ਨਾ ਨਿਕਲੇ ਉਹਦੀ ਗਲਤੀਆਂ ਘੱਟ ਹੋਣਗੀਆਂ, ਜਾਂ ਇਹ ਜਿਹੜੇ ਸ਼ਾਮ ਨੂੰ ਜਿਹੜੇ ਕਾਰਜਕਰ ਜਿਹੜੀ ਆਪਦੀ ਮਾਂ ਦੀ ਝੂਠੀ ਸਹੁੰ ਖਾ ਲੈਂਦਾ ਕਦੇ ਕੁਛ ਕਰਦੇ, ਇਹਨਾਂ ਦੇ ਹੋ ਸਕਦਾ ਇਹਨਾਂ ਦੇ ਬਹੁਤ ਗੁਣ ਹੈਗੇ, ਲੇਕਿਨ ਹਾਂ ਅਸੀਂ ਦਿਨ ਰਾਤ ਇੱਕ ਕਰਦੇ ਸੀ ਅਤੇ ਕੰਮ ਕਰਦੇ ਹੋਏ ਅਨੇਕਾਂ ਗਲਤੀਆਂ ਹੋਈਆਂ, ਲੇਕਿਨ ਰੋਜ਼ ਰੱਬ ਤੋਂ ਮਾਫ਼ੀ ਮੰਗਦੇ ਹਾਂ। ਜਾਣੇ ਅਣਜਾਣੇ 'ਚ ਹੋ ਜਾਂਦੀਆਂ ਨੇ, ਮਾਫ਼ੀ ਵੀ ਮੰਗਦੇ, ਲੇਕਿਨ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਰੱਬ ਤੋਂ ਡਰ ਕੇ ਇਮਾਨਦਾਰੀ ਦੇ ਨਾਲ ਪੰਜਾਬ ਦੇ ਹੱਕਾਂ ਵਾਸਤੇ ਜਿੱਥੇ ਲੜਦੇ ਵੀ ਹਾਂ, ਦਿਨ ਰਾਤ ਮਿਹਨਤ ਵੀ ਕਰਦੇ ਹਾਂ, ਅਤੇ ਪੰਜਾਬ ਦੀ ਤਰੱਕੀ ਤਾਂ ਹੀ ਮੈਂ ਕਹਿ ਸਕਦੀ ਹਾਂ ਕਿ ਸੁਖਬੀਰ ਜੀ ਅਤੇ ਬਾਦਲ ਸਾਹਿਬ ਦੀ ਜਦ ਟੀਮ ਸੀਗੀ, ਫਿਰ ਪੰਜਾਬ ਦੀ ਜਿਹੋ ਜਿਹੀ ਬੇਮਿਸਾਲ ਤਰੱਕੀ ਚਾਰੋ ਸਫੇਰੇ ਹਰ ਖੇਤਰ ਵਿੱਚ ਹੋਈ ਹੈ, ਉਹ ਨਾ ਕੈਪਟਨ ਦੇ ਨਾ ਕਾਂਗਰਸ ਦੇ ਟਾਈਮ ਕਦੇ ਹੋਈ, ਤਾਂ ਝਾੜੂ ਦੇ ਤਾਂ ਮੈਂ ਕਿਹਾ ਲੋਕ ਹੁਣ ਤਾਂ ਉਮੀਦ ਵੀ ਛੱਡ ਬੈਠੇ ਨੇ ਕਿ ਹੋ ਵੀ ਨਹੀਂ ਸਕਦੇ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਗੁਰਮੀਤ ਸਿੰਘ ਖੁੱਡੀਆਂ ਨਾਲ, ਜੀਤਮਿੰਦਰ ਸਿੱਧੂ ਨਾਲ, ਜਾਂ ਬੀਬਾ ਪਰਮਕਾਲ ਕੌਰ? ਸਾਰੇ ਤਾਂ ਇਕੱਠੇ ਨੇ, ਇਹਨਾਂ 'ਚ ਫਰਕ ਕੀ ਹੈਗਾ? ਸਾਰੇ ਇੱਕੋ ਨਿਸ਼ਾਨੇ ਦੇ ਨਾਲ ਆਏ ਨੇ। ਜਿੱਥੇ ਕਾਂਗਰਸ ਇੰਨੀ ਵੱਡੀ ਸਾਰੀ ਪਾਰਟੀ, ਉਹਨਾਂ ਦੇ ਪ੍ਰਧਾਨ ਨੇ ਇੱਥੇ ਆਪਦੇ ਪੋਸਟਰ ਵੀ ਲਾਤੇ, ਉਹਦਾ ਪਰਿਵਾਰ ਘਰ ਘਰ ਜੁੱਤੀਆਂ ਘਿਸ ਰਿਹਾ ਸੀ ਵੋਟਾਂ ਮੰਗਦੇ ਹੋਏ, ਅਤੇ ਰਾਤੋ ਰਾਤ ਕੀ ਸਮਝੌਤਾ ਹੋਇਆ ਕਿ ਉਹਦੀ ਟਿਕਟ ਇੱਥੋਂ ਕੱਟ ਕੇ ਉਹ ਭੱਜ ਗਿਆ? ਉਹ ਤਾਂ ਕਹਿੰਦੇ ਤੁਹਾਡੇ ਨਾਲ ਸਮਝੌਤਾ ਹੋਇਆ ਰਾਜੇ ਵੜਿੰਗ ਦਾ ਵੀ, ਪਤਾ ਨਹੀਂ ਹੁਣ ਮੇਰੇ ਨਾਲ ਕੀ। ਮੈਂ ਤਾਂ ਕਹਿੰਦੀ ਸੀ ਇੱਥੇ ਆ, ਕਿਉਂਕਿ ਪਿਛਲੀ ਵਾਰੀ ਮੰਤਰੀ ਬਣ ਕੇ ਗਿਆ, ਤੂੰ ਲੋਕਾਂ ਨੂੰ ਜਵਾਬ ਤਾਂ ਦੇ, ਤੇਰੀ ਸਰਕਾਰ ਸੀ, ਮੰਤਰੀ ਸੀ, ਤੂੰ ਕੀਤਾ ਕੀ? ਬੱਸਾਂ ਦੇ ਘੁਟਾਲੇ ਤੋਂ ਇਲਾਵਾ ਇੱਕ ਬੱਸ ਵੀ ਜੇ ਕਿੱਥੇ ਚਲਾਤੀ ਹੋਏ, ਤਾਂ ਲੋਕ ਤਾਂ ਇੰਤਜ਼ਾਰ ਕਰ ਰਹੇ ਸੀ ਆਏ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਭੱਜੇ ਨਾ, ਕਿਉਂਕਿ ਮੈਨੂੰ ਪਤਾ ਲੱਗ ਰਿਹਾ ਸੀ ਭੱਜੂਗਾ। ਸੋ ਕੀ ਸਮਝੌਤਾ ਹੈ ਕਿ ਜਿਹੜੇ ਬੰਦੇ ਨੂੰ 4 ਮਹੀਨੇ ਪਹਿਲੇ ਅਕਾਲੀ ਵਰਕਰਾਂ ਨੇ ਪਾਰਟੀ ਤੋਂ ਕਢਵਾਇਆ ਸੀ, ਕਿਉਂਕਿ ਕਦੇ ਹਲਕੇ 'ਚ ਵੜਿਆ ਨਹੀਂ ਸੀ, ਕਦੇ ਲੋਕਾਂ ਦੀ ਸਾਰ ਤੱਕ ਨਹੀਂ ਲਿੱਤੀ, ਸਿੱਧੇ ਮੂੰਹ ਬੋਲਦਾ ਨਹੀਂ ਸੀ, ਵਰਕਰਾਂ ਨੇ ਇਹਨੂੰ ਕਢਵਾਇਆ 4 ਮਹੀਨੇ ਪਹਿਲੇ। ਹੁਣ ਤੁਹਾਨੂੰ ਉਹੀ ਅਕਾਲੀ ਮਿਲਿਆ ਟਿਕਟ ਦੇਣ ਵਾਸਤੇ, ਕਲੀਅਰਲੀ ਕਿ ਉੱਥੇ ਜਾ ਕੇ ਜਿੱਥੇ ਅਕਾਲੀ ਦਲ ਦਾ, ਉੱਥੇ ਅਕਾਲੀ ਦਲ ਦੀ ਵੋਟਾਂ ਖਰਾਬ ਕਰੂਗਾ, ਅਤੇ ਭਾਜਪਾ ਜਿਹੜੀ ਤਾਂ ਵੱਡੀ ਵੱਡੀ ਸਰਕਾਰਾਂ ਗਿਰਾ ਦਿੰਦੀਆਂ ਨੇ, ਇੱਥੇ ਇੰਨੇ ਵੱਡੇ ਵੱਡੇ ਉਹਨਾਂ ਦੇ ਲੀਡਰ ਨੇ, ਅਤੇ ਉਹਨਾਂ ਨੂੰ ਵੀ ਕੋਈ ਨਹੀਂ ਲੱਭਿਆ। ਇੱਕ ਅਕਾਲੀ ਟਕਸਾਲੀ ਲੀਡਰ ਜਿਹੜਾ ਆਪਣੇ ਹਲਕੇ ਨੂੰ ਸਾਂ, ਉਹਨਾਂ ਦੀ ਨੂੰਹ ਪੱਟੀ ਜਿਹਨੂੰ ਕੋਈ ਜਾਣਦਾ ਤੱਕ ਨਹੀਂ ਸੀ, ਉਹਨਾਂ ਨੂੰ ਦਿੱਤੀ, ਅਤੇ ਝਾੜੂ ਦੇ ਤੇ ਜਿਹੜਾ ਇਹਨਾਂ ਦਾ ਫਰੈਂਡਲੀ ਮੈਚ, ਮੈਂ ਤੁਹਾਨੂੰ ਕਿਹਾ ਹੈ ਕਿ ਇਹਨਾਂ ਦਾ ਫਰੈਂਡਲੀ ਸਮਝੌਤਾ, ਜਿੱਦਾਂ ਸਾਰਾ ਸਮਝੌਤਾ ਅਤੇ ਦੇਸ਼ ਇੱਥੇ ਵੀ ਫਰੈਂਡਲੀ ਸਮਝੌਤਾ ਹੈ, ਉਹ ਜਿਹੜਾ ਬਾਦਲ ਸਾਹਿਬ ਦਾ ਗੜ ਮੰਨਿਆ ਜਾਂਦਾ ਸੀ ਕਿ ਬਾਦਲ ਸਾਹਿਬ ਨੇ ਇੱਥੇ ਇੰਨੀ ਕੰਮ ਕੀਤਾ ਹੈ, ਬਾਦਲ ਸਾਹਿਬ ਦਾ ਬਹੁਤ, ਉੱਥੋਂ ਮੰਤਰੀ ਸਾਹਿਬ ਨੂੰ ਖੜਾ ਕਰਤਾ ਕਿ ਮੰਤਰੀ ਸਾਹਿਬ ਅਤੇ ਸਰਕਾਰ ਦੇ ਦਬਦਬੇ ਥੱਲੇ ਅਕਾਲੀਆਂ ਨੂੰ ਉੱਥੇ ਡਰਾ ਧਮਕਾ ਲਵਾਂਗੇ। ਸੋ ਇਹਨਾਂ ਦਾ ਤਾਂ ਫਰੈਂਡਲੀ ਮੈਚ ਇੱਕ ਨਿਸ਼ਾਨੇ ਦੇ ਨਾਲ ਹੈ ਕਿ ਤਕੜੀ ਨੂੰ ਹਰਾਉਣਾ ਹੈ, ਇਹਨਾਂ ਨੇ ਇਹ ਨਹੀਂ ਦੇਖਣਾ ਕਿ
ਬਠਿੰਡੇ ਇਹ ਪਹਿਲੀ ਤਰੀਕ ਤੋਂ ਬਾਅਦ ਇਹਨਾਂ ਨੇ ਤਿੰਨਾਂ ਨੇ ਦਿਸਣਾ ਹੀ ਨਹੀਂ ਬਠਿੰਡੇ 'ਚ। ਇਹ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ, ਮੇਰੇ ਤੋਂ ਪਹਿਲੇ ਵੀ ਜਿਹੜੇ ਤਿੰਨ ਲੜ ਕੇ ਗਏ ਨੇ, ਜਿਵੇਂ ਦੱਸਿਆ ਵੜਿੰਗ ਸਾਹਿਬ ਆਪ ਮੰਤਰੀ ਬਣੇ, ਉਹਨਾਂ ਦੀ ਸਰਕਾਰ ਸੀ, ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ, ਉਸ ਤੋਂ ਰਣਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਸੀਗੇ, ਮੁੱਖ ਮੰਤਰੀ ਦੇ ਪੁੱਤ ਸੀਗੇ, ਲੇਕਿਨ ਮੁੜ ਕੇ ਸਾਰ ਕਿਸੇ ਦੀ ਨਹੀਂ ਲਿੱਤੀ ਅਤੇ ਇਹਨਾਂ ਤਿੰਨਾਂ ਨੇ ਵੀ ਨਜ਼ਰ ਆਉਣਾ ਨਹੀਂ। ਇਹ ਤਾਂ ਫਸਲੀ ਬਟੇਰੇ ਆਏ ਨੇ, ਵੋਟਾਂ ਦਾ ਮਾਹੌਲ ਮੌਸਮ ਹੈਗਾ, ਇਹ ਸਿਆਸੀ ਭਵਰੇ ਉੱਡਦੇ ਨੇ, ਹਲਕਾ ਬਦਲ ਲਓ, ਦਲ ਬਦਲੋ, ਸਾਰੇ ਦਲ ਬਦਲੂ ਆਏ ਨੇ ਤਕੜੀ ਨੂੰ ਹਰਾਉਣ ਵਾਸਤੇ। ਇੰਟਰਸਟਿੰਗ ਗੱਲ ਇਹ ਹੈ ਜੀ ਵੀ ਹੈ ਸਾਰੇ ਤੁਹਾਡੇ 'ਚੋਂ ਹੀ ਹੈ, ਕਿਸੇ ਨਾ ਕਿਸੇ ਬੈਕਗ੍ਰਾਉਂਡ ਤੁਹਾਡੇ ਨਾਲ ਜੁੜਦੀ ਹੈ, ਅਕਾਲੀ ਦਲ ਨਾਲ ਜੁੜਦੀ ਹੈ। ਹਾਂ, ਖੁੱਡਿਆ ਸਾਹਿਬ ਦੇ ਫਾਦਰ ਵੀ MP ਅਕਾਲੀ ਦਲ ਤੋਂ ਹੀ ਸੀਗੇ ਜੀ, ਮਤਲਬ ਜਿੰਨੇ ਕੈਂਡੀਡੇਟ ਹੈ ਸਾਰੇ ਦਲ, ਕੀ ਗੱਲ ਅਕਾਲੀ ਦਲ? ਉਹੀ ਤਾਂ ਮੈਂ ਕਹਿ ਰਿਹਾ, ਅਕਾਲੀ ਦਲ ਨੂੰ ਹਰਾਉਣ ਵਾਸਤੇ ਪਹਿਲੇ ਵੀ 2017 ਤੋਂ ਬਾਅਦ 22-17 ਤੋਂ ਬਾਅਦ ਵੀ ਕਾਂਗਰਸ ਤਾਂ ਝਾੜੂ ਇਕੱਠੇ ਹੀ ਸੀਗੇ ਅਤੇ ਹੁਣ ਤਾਂ ਸ਼ਰੇਆਮ ਇਕੱਠੇ ਹੋ ਗਏ ਕਿ ਉਹਨਾਂ ਨੂੰ ਪਤਾ ਕਿ ਇਕੱਲੇ ਇਕੱਲੇ ਤਾਂ ਅਸੀਂ ਹਰਾ ਨਹੀਂ ਸਕਦੇ, ਸੋ ਇਕੱਠੇ ਹੋ ਕੇ ਲੜ ਰਹੇ ਨੇ ਅਤੇ ਅਸੀਂ ਇੱਥੇ ਜੇ ਮੈਂ ਕਹਿ ਸਕਦੀ ਹਾਂ ਕਿ ਇਹ ਆਏ ਨੇ ਤਕੜੀ ਨੂੰ ਹਰਾਉਣ ਵਾਸਤੇ, ਮੈਂ ਲੋਕਾਂ ਦੇ ਵਿੱਚ ਆਈ ਹਾਂ ਕਿ ਤੁਹਾਡੀ ਤਰੱਕੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ, ਕੰਮ ਪਹਿਲੇ ਕੀਤਾ ਹੈ ਤਾਂ ਕੰਮ ਗਾਂਹ ਵੀ ਹੋਰ ਕਰਨੇ ਨੇ। ਸੋ ਮੈਂ ਉਮੀਦ ਕਰਦੀ ਹਾਂ ਕਿ ਲੋਕ ਇਸ ਵਾਰੀ ਕੀਤੇ ਹੋਏ ਕੰਮਾਂ ਦੇ ਆਧਾਰ 'ਚ ਵੋਟ ਦਾ ਫੈਸਲਾ ਕਰਨਗੇ ਅਤੇ ਕਈ ਹੋਈ ਗੱਲਾਂ ਗਾਰੰਟੀਆਂ ਇਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਈਏ, ਕਿਉਂਕਿ ਹਜ਼ਾਰ ਰੁਪਏ ਤਾਂ ਕਿਸੇ ਬੀਬੀ ਨੂੰ ਮਿਲੇ ਨਹੀਂ। ਮੈਂ ਉਹ ਰਾਹੁਲ ਗਾਂਧੀ ਨੂੰ ਸੁਣ ਰਹੀ ਸੀ, ਕਹਿੰਦਾ ਮੈਂ 1-1 ਲੱਖ ਦੇਵਾਂਗਾ, ਮੈਂ ਕਿਹਾ ਕਿ 1000 ਦਾ ਤਾਂ ਸਪਨਾ ਪੂਰਾ ਹੋਣ, ਤੂੰ 1 ਲੱਖ ਦੇ ਸਪਨੇ ਦਿਖਾ। ਸੋ ਐਂ ਛੱਡ ਦਿੰਦੇ ਨੇ ਹਵਾ 'ਚ, ਜਿਵੇਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਸੀਂ ਕਿਸਾਨ ਦਾ ਕਰਜ਼ਾ ਮਾਫ਼ ਕਰਾਂਗੇ ਪੰਜਾਬ 'ਚ, ਲੋਕਾਂ ਨੇ ਵਿਸ਼ਵਾਸ ਕਰ ਲਿਆ, ਆਹੀ ਚੀਜ਼ ਜਾ ਕੇ ਰਾਜਸਥਾਨ 'ਚ ਬੋਲੇ ਅਤੇ ਆਹੀ ਚੀਜ਼ ਜਾ ਕੇ ਮਹਾਰਾਸ਼ਟਰ 'ਚ ਬੋਲੇ, ਤਿੰਨੋਂ ਥਾਂ ਮੈਂ ਕਰਜ਼ਾ ਕਿਤੇ ਨਹੀਂ ਮਾਫ਼ ਹੋਇਆ। ਸੋ ਇਹਨਾਂ ਦੇ ਝੂਠਾਂ ਨਾਲ ਤਾਂ ਹੁਣ ਮੈਨੂੰ ਲੱਗਦਾ ਲੋਕ ਹੁਣ ਮੈਂ ਆਖਰੀ ਸਵਾਲ 'ਤੇ ਅੰਤ ਕਰਦਾ। ਤੁਹਾਡੇ ਪੋਸਟਰਾਂ ਦੇ ਉੱਤੇ ਲਿਖਿਆ ਹੋਇਆ ਨਿਮਾਣੀ ਸੇਵਾਦਾਰ, ਲੋਕ ਇਹ ਚਰਚਾ ਕਰ ਰਹੇ ਕਿ ਸੇਵਾਦਾਰ ਹੀ ਜਦੋਂ ਕਹਿਤਾ ਫਿਰ ਨਿਮਾਣੀ ਦਾ ਕੀ ਕਾਰਨ? ਸੇਵਾਦਾਰ ਤਾਂ ਇਹ ਭਗਵੰਤ ਮਾਨ ਵੀ ਆਪਣੇ ਆਪ ਨੂੰ ਸੇਵਾਦਾਰ ਹੀ ਸਮਝਦਾ ਹੈ ਨਾ, ਪਰ ਇਹ ਹੰਕਾਰਿਆ ਹੋਇਆ ਹੈ ਅਤੇ ਅਸੀਂ ਬਾਦਲ ਸਾਹਿਬ ਤੋਂ ਹਮੇਸ਼ਾ ਸਿੱਖਿਆ ਕਿ ਨੀਵੇਂ ਹੋ ਕੇ ਸੇਵਾ ਕਰੋ, ਰਾਜ ਨਹੀਂ ਸੇਵਾ। ਇਹ ਤਾਂ ਰਾਜ ਦੇ ਹੰਕਾਰ 'ਚ ਚੜ ਕੇ ਹੁਣ ਕਹਿੰਦਾ ਇਹਨੂੰ ਢਾ ਦਾਂਗੇ, ਉਹਨੂੰ ਢਾ ਦਾਂਗੇ, ਬਾਬੇ ਬੋੜ ਨੂੰ ਢਾ ਤਾ, ਨੰਨੀ ਛਾਂ ਨੂੰ। ਸੋ ਇਹ ਹੰਕਾਰਿਆ ਹੋਇਆ ਹੈਗਾ, ਅਸੀਂ ਤਾਂ ਨੀਵੇਂ ਹੀ ਠੀਕ ਆ, ਨੀਵੇਂ ਹੀ ਰੱਖੀਏ, ਪਰਮਾਤਮਾ ਇੰਨੀ ਸਮਤ ਬਖਸ਼ੇ ਕਿ ਹਮੇਸ਼ਾ ਜਿੰਨਾ ਨੀਵਾਂ ਹੋ ਸਕੇ ਆਪਣੇ ਆਪ ਨੂੰ ਉਸ ਵੱਲ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਇਲਾਕੇ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਸੇਵਾ ਕੀਤੀ ਹੈ, 15 ਸਾਲ ਘਰ 'ਚ ਕੋਈ ਕੰਮ ਵੀ ਕਰਦਾ ਉਹਦੇ ਨਾਲ ਵੀ ਅਟੈਚਮੈਂਟ ਹੋ ਜਾਂਦੀ ਹੈ। ਸੋ ਇੱਥੇ 1-1 ਵਰਕਰ ਦੇ ਨਾਲ, 1-1 ਇਲਾਕੇ ਦੇ ਨਾਲ, ਅਤੇ ਇਸ ਇਲਾਕੇ 'ਚ ਕੋਈ ਤਕਲੀਫ ਆਉਂਦੀ ਤਾਂ ਆਪ ਤਕਲੀਫ ਮਹਿਸੂਸ ਕਰਦੇ ਹਾਂ। ਅਤੇ ਸੁਖਬੀਰ ਜੀ ਤਾਂ ਜੰਮਪਲ ਹੀ ਇੱਥੇ, ਬਾਦਲ ਸਾਹਿਬ ਦੀ ਸਾਰੀ ਉਮਰ ਇੱਥੇ, ਸੋ ਇਹ ਪਰਿਵਾਰ ਦੀ ਤਰ੍ਹਾਂ ਹੈਗਾ। ਸੋ ਪਰਿਵਾਰ ਨੂੰ ਉਹਨੇ ਮਾਨਾ ਹੋ ਕੇ ਜਿਵੇਂ ਹਰੇਕ ਸੇਵਦਾ ਅਸੀਂ ਵੀ ਸੇਵਦੇ ਜੀ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਥੈਂਕ ਯੂ ਜੀ। ਤਾਂ ਗੱਲਬਾਤ ਕੀਤੀ ਬੀਬਾ ਹਰਸਿਮਰਤ ਕੌਰ ਬਾਲ ਜੀ ਨਾਲ। ਹਰ ਇੱਕ ਉਹ ਸਵਾਲ ਜੋ ਜਨਤਾ ਦਾ, ਜੋ ਲੋਕਾਂ ਦਾ, ਜਾਂ ਜੋ ਵਿਰੋਧੀ ਸਵਾਲ ਉਠਾਉਂਦੇ ਨੇ, ਉਹ ਕਰਨ ਦੀ ਕੋਸ਼ਿਸ਼ ਕੀਤੀ। ਉਮੀਦ ਹੈ ਤੁਹਾਨੂੰ ਇੰਟਰਵਿਊ ਪਸੰਦ ਆਵੇਗੀ। ਹੋਰ ਇਸ ਤਰੀਕੇ ਦੀ ਇੰਟਰਵਿਊ ਦੇਖਦੇ ਰਹੋ ਲੋਕ ਵਾਈ ਟੀ ਵੀ।